ਗੱਲਾਂ ਇਹ ਅਨਹੋਣੀਆਂ ਹੋਂਡਾਂ ਵਿੱਚ ਜਹਾਂ ਗੱਲਾਂ ਇਹ ਅਨਹੋਣੀਆਂ ਹੋਂਡਾਂ ਵਿੱਚ ਜਹਾਂ ਦੁੱਧ ਨਾ ਦੇਵੇ ਨਾਗਣੀ ਤੇ ਜ਼ਹਿਰ ਨਾ ਦੇਵੇ ਗਾਂ ਬੁਰਾ ਮੰਗੇ ਜੋ ਪੁੱਤ ਦਾ ਐਸੀ ਕਿਹੜੀ ਮਾਂ ਸਿੰਬਲ ਫਲ ਨਾ ਦੇਵਦਾ ਤੇ ਬਾਂਸ ਨਾ ਦੇਵੇ ਛਾਂ ਉਹਨਾਂ ਨੂੰ ਆਦਰ ਕੀ ਮਿਲਣਾ ਜਿਨ੍ਹਾਂ ਦੀ ਨਾ ਕੋਈ ਥਾਂ ਕੌੜਾ ਉਸ ਕੀ ਬੋਲਣਾ ਮਿੱਠੀ ਜਿਹਦੀ ਜ਼ੁਬਾਂ ਇਲਾਂ ਕਿਸ ਪਰਣਾਈਆਂ ਅਤੇ ਕਿਸ ਪਿੰਜਰੇ ਕੱਤੇ ਕਾਂ ਇਲਾਂ ਕਿਸ ਪਰਨਾਈਆਂ ਅਤੇ ਕਿਸ ਪਿੰਜਰੇ ਕੱਤੇ ਕਾਂ ਅਮਰ ਸਿੰਘ ਮਨਸੂਰ ਹੋਣਾ ਦੀਆਂ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਲਾਈਵ ਸ਼ੋਅ ਅੱਜ ਮੇਰੇ ਖਿਆਲ ਚਾਰ ਦਿਨਾਂ ਬਾਅਦ ਕਰ ਰਿਹਾ ਮੇਰੇ ਖਿਆਲ ਫਰਾਈਡੇ ਦਾ ਵੀ ਰਿਕਾਰਡਡ ਸੀਗਾ ਅਤੇ ਕੱਲ੍ਹ ਵੀ ਰਿਪੀਟ ਚੱਲਿਆ ਕੁਛ ਕਾਰਨਾਂ ਕਰਕੇ ਪਰ ਨਾਲ ਦੀ ਨਾਲ ਮੈਂ ਜ਼ਰੂਰ ਅਪਡੇਟ ਕਰਨੀ ਚਾਹੁੰਦਾ ਕਿ ਜਿਹੜੀ ਕਮਿਊਨਿਟੀ ਦੀ ਖਬਰਸਾਰ ਹੈਗੀ ਆ ਉਹ ਵੀ ਜ਼ਰੂਰੀ ਆ ਸਾਰਿਆਂ ਨਾਲ ਸਾਂਝੀ ਕਰਨੀ ਕੰਮਕਾਰ ਜਿਵੇਂ ਦੱਸਿਆ ਖੁੱਲ੍ਹ ਗਏ ਨੇ ਮੇਲੇ ਖੁੱਲ੍ਹ ਗਏ ਨੇ ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ ਈਵੈਂਟਸ ਜਿਹੜੀਆਂ ਉਹ ਵੀ ਖੁੱਲ੍ਹ ਗਈਆਂ ਨੇ ਰੀਨੋ ਦੇ ਵਿੱਚ ਤੀਆਂ ਦਾ ਮੇਲਾ ਸੀਗਾ ਵੈਸੇ ਮੇਲਾ ਰੀਨੋ ਦਾ ਉਹਨਾਂ ਨੇ ਨਾਮ ਦਿੱਤਾ ਸੀ ਅਤੇ ਜ਼ਿਆਦਾਤਰ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਸੀ ਬੱਚਿਆਂ ਦੀਆਂ ਵੀ ਆਈਟਮਾਂ ਸੀ ਬਜ਼ੁਰਗਾਂ ਦੀਆਂ ਬਾਬਿਆਂ ਦਾ ਵੀ ਭੰਗੜਾ ਸੀਗਾ ਪਰ ਜ਼ਿਆਦਾਤਰ ਹਾਵੀ ਉੱਥੇ ਤੀਆਂ ਰਹੀਆਂ ਬੀਬੀਆਂ ਦੀਆਂ ਔਰ ਪੂਰਾ ਉਹਨਾਂ ਨੇ ਗਾਹ ਪਾਇਆ ਔਰ ਲੱਗਦਾ ਸੀ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਸੁਣਦੇ ਹੁੰਦੇ ਸੀ ਬੋਲੀ ਧਰਤੀ ਪੱਟ ਸੁੱਟੀਏ ਜਿੱਥੇ ਅਸੀਂ ਨਾਨਕੇ ਜਾਈਏ ਤਾਂ ਵਾਕਿਆ ਹੀ ਉਹ ਨਾਨਕੇ ਕਿਤੇ ਗਏ ਨਹੀਂ ਗਏ ਨਾਨਕੇ ਪੰਜਾਬ ਦੇ ਵਿੱਚ ਧਰਤੀ ਪੱਟਦੇ ਨਹੀਂ ਪੱਟਦੇ ਪਰ ਉਹ ਸਟੇਜ ਜਿਹੜੀ ਸੀਗੀ ਬਹੁਤ ਹੀ ਖੂਬਸੂਰਤ ਪਹਾੜਾਂ ਦੇ ਵਿੱਚ ਬਣੀ ਰੀਨੋ ਦੇ ਵਿੱਚ ਉਹ ਜ਼ਰੂਰ ਬੀਬੀਆਂ ਨੇ ਪੱਟੀ ਬਹੁਤ ਰਸ ਸੀਗਾ ਲਗਭਗ ਸਾਰੇ ਰੀਨੋ ਦੀਆਂ ਜਿੰਨੀਆਂ ਫੈਮਲੀਆਂ ਸੀਗੀਆਂ 250-300 ਫੈਮਲੀ ਸੀ ਟੋਟਲ 600-700 ਬੰਦਾ ਬਣਿਆ ਸੀਗਾ ਅਤੇ ਸਾਰੇ ਉੱਥੇ ਪਹੁੰਚੇ ਹੋਏ ਸੀ ਬੱਚੇ ਬਜ਼ੁਰਗ ਅਤੇ ਮੈਂ ਕਿਹਾ ਪੰਜਾਬ ਦੇ ਵਿੱਚ ਇੱਦਾਂ ਦਾ ਪ੍ਰੋਗਰਾਮ ਰੱਖਿਆ ਹੁੰਦਾ ਅਤੇ ਚੋਰਾਂ ਨੂੰ ਸੌਖਾ ਹੋਣਾ ਸੀ ਚੋਰੀ ਕਰਨੀ ਸਾਰੇ ਘਰ ਦੇ ਮੇਲੇ ਨੇ ਅਤੇ ਘਰਾਂ ਨੂੰ ਦਿੰਦੇ ਸੀਗੇ ਚਲੋ ਖੈਰ ਬੜੀ ਚੰਗੀ ਗੱਲ ਹੈ ਈਵੈਂਟ ਸਕੂਲੀਆਂ ਨੇ ਬਹੁਤ ਸਾਰੀਆਂ ਅਸੀਂ ਵੀ ਇਸੇ ਅਧੀਨ ਇੱਕ ਪ੍ਰੋਗਰਾਮ ਕਰਾਉਣ ਜਾ ਰਹੇ ਹਾਂ ਪ੍ਰੋਗਰਾਮ ਤਾਂ ਹਜੇ ਦੂਰ ਹੈ ਪਰ ਸ਼ੁਰੂਆਤ ਉਹਦੀ ਕਰ ਦਿੱਤੀ ਹੈ ਪ੍ਰੋਗਰਾਮ 16 ਅਕਤੂਬਰ ਨੂੰ ਹੈ ਪਰ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਅਤੇ 24 ਜੁਲਾਈ ਨੂੰ ਅਸੀਂ ਕੈਲੀਫੋਰਨੀਆ ਸਟੂਡੀਓ ਦੇ ਵਿੱਚ ਮੀਟ ਐਂਡ ਗ੍ਰੀਟ ਰੱਖੀ ਹੈ ਮਿਸ ਐਂਡ ਮਿਸਿਜ ਯੂਐਸ ਮਿਸ ਐਂਡ ਮਿਸਿਜ ਪੰਜਾਬਣ ਯੂਐਸਏ ਮਤਲਬ ਯੂਐਸਏ ਦੀਆਂ ਪੰਜਾਬਣਾਂ ਜਿਹੜੀਆਂ ਨੇ ਕੁੜੀਆਂ ਨੇ ਚਾਹੇ ਲੇਡੀਜ਼ ਨੇ ਉਹ ਸਾਰੀਆਂ ਉਹਦੇ 'ਚ ਭਾਗ ਲੈ ਸਕਦੀਆਂ 24 ਜੁਲਾਈ ਨੂੰ ਕੈਲੀਫੋਰਨੀਆ ਸਟੂਡੀਓ ਜਿੱਥੋਂ ਮੈਂ ਪ੍ਰੋਗਰਾਮ ਕਰਦਾ ਅਤੇ ਇੱਥੇ ਮੀਟ ਐਂਡ ਗ੍ਰੀਟ ਹੋਏਗੀ ਕਿੰਮੀ ਵਰਮਾ ਹੋਣੀ ਤਾਂ ਉਹਨਾਂ ਦੀ ਟੀਮ ਵੀ ਸਾਰੀ ਆਊਗੀ ਤਾਂ ਜਿਹੜਾ ਵੀ ਇੱਥੇ ਪਹੁੰਚ ਸਕਦਾ ਬੀਬੀ ਕੋਈ ਭੈਣ ਕੋਈ ਭੈਣ ਭਰਾ ਜ਼ਰੂਰੀ ਨਹੀਂ ਜਿਹਨਾਂ ਨੇ ਪਾਰਟੀਸਪੇਟ ਕਰਨਾ ਉਹੀ ਪਹੁੰਚਣ ਵੈਸੇ ਵੀ ਮੀਟ ਐਂਡ ਗ੍ਰੀਟ ਦਾ ਮਤਲਬ ਹੈ ਵੀ ਕੋਈ ਵੀ ਆ ਸਕਦਾ ਕੋਈ ਸਪੌਂਸਰ ਕਰਨਾ ਚਾਹੁੰਦਾ ਉਹ ਵੀ ਆ ਸਕਦਾ ਨਹੀਂ ਵੀ ਕੁਛ ਕਰਨਾ ਚਾਹੁੰਦਾ ਤਾਂ ਵੈਸੇ ਹੀ ਆ ਸਕਦਾ ਜੀ ਸਾਰੇ ਵੈਲਕਮ ਆ ਚਾਹ ਦਾ ਕੱਪ ਪੀਵਾਂਗੇ ਇਕੱਠੇ ਇੱਥੇ ਅਤੇ ਜ਼ਰੂਰ 24 ਜੁਲਾਈ ਦਿਨ ਪੈਂਦਾ ਸ਼ਨੀਵਾਰ ਅਤੇ 12 ਕੁ ਵਜੇ ਦਾ ਟਾਈਮ ਅਸੀਂ ਰੱਖਿਆ 12 ਤੋਂ 5 ਕੁ ਵਜੇ ਤੱਕ ਸਟੂਡੀਓ ਦੇ ਵਿੱਚ ਰੌਣਕ ਮੇਲਾ ਹੋਏਗਾ ਖੂਬ ਫਿਰ ਨੱਚ ਗਾਣਾ ਵੀ ਹੋਏਗਾ ਜਦੋਂ ਪਤਾ ਕੁੜੀਆਂ ਇਕੱਠੀਆਂ ਹੋਈਆਂ ਔਰ ਮਿਸ ਪੰਜਾਬਣ ਜਾਂ ਮਿਸਿਜ ਪੰਜਾਬਣ ਦੀ ਗੱਲ ਕਰਨੀ ਹੈ ਤਾਂ ਫਿਰ ਰੌਣਕ ਮੇਲਾ ਤਾਂ ਖੂਬ ਹੋਏਗਾ ਹੀ ਸੋ ਤੁਸੀਂ ਵੀ ਸਾਰੇ ਜਿੰਨੇ ਵੀ ਪਹੁੰਚ ਸਕਦੇ ਹੋ ਇੱਥੇ ਕੈਲੀਫੋਰਨੀਆ ਸਟੂਡੀਓ 'ਤੇ ਪਹੁੰਚ ਲਓ ਮੇਰਾ ਨੰਬਰ ਸਭ ਕੋਲ ਹੈਗਾ 209-450-3362 ਹੁਣ ਚੱਲੀਏ ਜੀ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਪ੍ਰੋਗਰਾਮ ਅੱਜ ਖਬਰਾਂ ਹੁੰਦੀਆਂ ਅਤੇ ਨਾਲ ਦੀ ਨਾਲ ਕੋਈ ਨਾ ਕੋਈ ਵਿਸ਼ਾ ਤੁਹਾਡੇ ਨਾਲ ਰੱਖੀਦਾ ਹੈਗਾ ਅੱਜ ਵੀ ਉਹੀ ਹੈ ਮਤਲਬ ਮੁੱਖ ਦੀ ਗੱਲ ਤਾਂ ਇਹ ਹੁੰਦੀ ਹੈ ਵੀ ਅਸੀਂ ਜਿਹੜੀ ਘੰਟਾ ਗੱਲਬਾਤ ਕਰਨੀ ਆ ਉਹ ਸਮਾਂ ਚੰਗਾ ਬੀਤੇ ਵਧੀਆ ਲੱਗੇ ਵਿੱਚ ਕੋਈ ਮਾੜਾ ਮੋਟਾ ਹਾਸੇ ਠੱਠੇ ਦੀ ਗੱਲ ਵੀ ਹੋ ਜਾਂਦੀ ਕੋਈ ਸਿਆਣੀ ਗੱਲ ਵੀ ਸਾਡੇ ਦਰਸ਼ਕ ਕਰਦੇ ਨੇ ਨਾਲ ਦੀ ਨਾਲ ਕੋਈ ਨਾ ਕੋਈ ਜਾਣਕਾਰੀ ਵੀ ਹੁੰਦੀ ਹੈ ਪਰ ਅੱਜ ਦੀ ਜੇ ਗੱਲ ਕਰੀਏ ਅੱਜ ਉਹ ਖਬਰਾਂ ਹੁੰਦੀਆਂ ਜਿਹਨਾਂ ਦਾ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਹਜੇ ਇਹ ਵੀ ਯਕੀਨ ਨਾ ਕਰਨ ਵਾਲੀ ਉਹ ਗੱਲ ਹੈ ਜਦੋਂ 2017 ਦੇ ਵਿੱਚ ਹੋਈ ਸੀ ਗੱਲ ਰੌਲਾ ਉਦੋਂ ਵੀ ਇਹੀ ਪਿਆ ਸੀ ਵੋਟਾਂ ਦੇ ਵਿੱਚ ਵੀ ਲੈ ਵੀ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਵੱਲ ਆ ਗਿਆ ਅਤੇ ਹੁਣ ਵੀ ਸੋਸ਼ਲ ਮੀਡੀਆ ਨੇ ਤਾਂ ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਕਈ ਮੁੱਖ ਮੰਤਰੀ ਵੀ ਬਣਾ ਦਿੱਤੇ ਕਈ ਡਿਪਟੀ ਸੀ ਐਮ ਵੀ ਬਣਾ ਦਿੱਤੇ ਆ ਅਤੇ ਉੱਦਾਂ ਹਜੇ ਕੁਛ ਨਹੀਂ ਪਤਾ ਵੀ ਊਠ ਕਿਸ ਕਰਵਟ ਬੈਠਦਾ ਆਉਣ ਵਾਲਾ ਸਮਾਂ ਦੱਸੂਗਾ ਜਿਹੜੀ ਜੰਗ ਜਾਰੀ ਹੈ ਇੱਕ ਰਾਜਾ ਵੜਿੰਗ ਹੈ ਉਹਨੇ ਮਨਪ੍ਰੀਤ ਨਾਲ ਵਸਾਏ ਸਿੰਘ ਹੈ ਔਰ ਉਹ ਆਪਸ ਵਿੱਚ ਲੱਗੇ ਆ ਪਹਿਲਾ ਸੂਤ ਨਹੀਂ ਆਉਂਦਾ ਹਜੇ ਇਹਨਾਂ ਦਾ ਅਤੇ ਹੋਰ ਸਿਆਪਾ ਅੱਗੇ ਉਹ ਨਵਾਂ ਤਿਆਰ ਰਹਿੰਦਾ ਕਾਂਗਰਸ ਦਾ ਇਹ ਸ਼ੁਰੂ ਤੋਂ ਹੀ ਇਤਿਹਾਸ ਹੈਗਾ ਪਤਾ ਨਹੀਂ ਤਾਂ ਜਾਣ ਕੇ ਹੀ ਜਿਹੜਾ ਹਾਈਕਮਾਂਡ ਇਹਦਾ ਰੱਖਦਾ ਵੀ ਨਾਲ ਬਰਾਬਰ ਅਤੇ ਇੱਕ ਦੂਜਾ ਬੰਦਾ ਖੜ੍ਹਾ ਕਰਕੇ ਰੱਖਣਾ ਵੀ ਪਹਿਲਾ ਬੰਦਾ ਤੜਫੜ ਨਾ ਕਰੇ ਚਲੋ ਰਾਜਨੀਤੀ ਦੀਆਂ ਗੱਲਾਂ
ਦੂਜੀ ਗੱਲ ਜਿਹੜੀ ਮੰਦਭਾਗੀ ਥੋੜ੍ਹੀ ਜਿਹੀ ਖਬਰ ਇਹ ਹੈ ਕਿ ਬੱਦਲ ਫਟਣ ਨਾਲ ਹੜ੍ਹ ਆਏ ਹੋਏ ਨੇ ਬਹੁਤ ਸਾਰੀ ਜਗ੍ਹਾ 'ਤੇ, ਇੱਕ ਕੁਦਰਤੀ ਕਰੋਪੀ ਜਿਹੜੀ ਹੋਰ ਉਹ ਸਿਰ 'ਤੇ ਆਈ ਹੋਈ ਆ ਭਾਰਤ ਦੇ ਵਿੱਚ, ਖਾਸ ਤੌਰ 'ਤੇ ਹਿਮਾਚਲ ਦੀ ਗੱਲ ਕਰੀਏ, ਕਸ਼ਮੀਰ ਦੀ ਗੱਲ ਕਰੀਏ। ਸੋ ਪਰਮਾਤਮਾ ਭਲੀ ਕਰੇ, ਬਹੁਤ ਬੁਰਾ ਹਾਲ ਹੈ ਹਾਲਾਤ ਉੱਥੇ। ਪਹਿਲਾਂ ਕਰੋਨਾ ਨੇ ਬਹੁਤ ਖਰਾਬ ਕੀਤੇ ਸੀ ਅਤੇ ਹੁਣ ਉਹ ਹੜ੍ਹਾਂ ਨੇ ਕਰਤੇ। ਨਾਲ ਨਾਲ ਕੈਲੀਫੋਰਨੀਆ ਵਾਸੀਆਂ ਨੂੰ ਵੀ ਅਵੇਅਰ ਕਰਨਾ ਚਾਹੁੰਦੇ ਹਾਂ ਜੀ, ਅਸੀਂ ਗਏ ਸੀ ਰੀਨੋ, ਪਤ ਕਹਿੰਦੇ ਵੀ ਉੱਥੇ ਬਰਫ਼ ਬੁਰਫ਼ ਬੜੀ ਪੈਂਦੀ ਕਈ ਜਗ੍ਹਾ 'ਤੇ, ਲੇਕ ਟਾਹੋ 24 ਘੰਟੇ ਬਰਫ਼ ਪੈ ਰਹਿੰਦੀ ਆ, ਅਤੇ ਅਸੀਂ ਤਾਂ ਨਾਲ ਲੈ ਗਏ ਸੀ ਉਹਦਾ ਮਾੜਾ ਮੋਟਾ ਗਰਮ ਕੱਪੜਾ ਵੀ, ਅਤੇ ਪਰ ਉੱਥੇ ਦੇਖਿਆ ਜਾ ਕੇ ਤਾਂ ਗਰਮੀ ਬਹੁਤ ਜ਼ਿਆਦਾ ਸੀ। ਗਰਮੀ ਇੱਕ ਹੁੰਦੀ ਇੱਕ ਹੀਟ ਵੇਵ ਹੈ, ਗਰਮ ਹਵਾਵਾਂ ਜਿਹੜੀਆਂ ਚੱਲਦੀਆਂ ਨੇ ਜਿਹੜੀਆਂ ਕਿ ਬਹੁਤ ਬਿਮਾਰ ਕਰ ਸਕਦੀਆਂ ਨੇ। ਸੋ ਬਹੁਤ ਧਿਆਨ ਨਾਲ ਰਹੋ, ਬਹੁਤ ਜ਼ਿਆਦਾ ਬੁਰਾ ਹਾਲ ਹੈ। ਫਰਿਜਨੋ ਦੇ ਵਿੱਚ ਤਾਂ ਦੱਸਦੇ ਵੀ ਉਹ ਜਿਹੜੇ ਸਨਸਕ੍ਰੀਨ ਜੇ ਲਾਏ ਹੁੰਦੇ ਮੂਹਰੇ ਸ਼ੀਸ਼ੇ ਦੇ ਲਾਉਣੇ ਆਪਾਂ ਸੂਰਜ ਦੀ ਧੁੱਪ ਤੋਂ ਬਚਣ ਵਾਸਤੇ, ਅਤੇ ਉਹ ਵੀ ਪਿੰਗਲ ਗਏ, ਇੰਨੀ ਗਰਮੀ ਪਈ ਆ। ਸੋ ਬਜ਼ੁਰਗ ਅਤੇ ਬੱਚੇ ਖਾਸ ਤੌਰ 'ਤੇ ਬਾਹਰ ਨਿਕਲਣ ਵੇਲੇ ਧਿਆਨ ਰੱਖੋ ਆਪਣਾ, ਬਹੁਤ ਜ਼ਿਆਦਾ ਧਿਆਨ ਰੱਖੋ, ਥੋੜ੍ਹਾ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵੀ ਸਹੀ ਮਾਹੌਲ ਹੋ ਜਾਏਗਾ। ਚਲੋ ਹੁਣ ਉਹਨਾਂ ਖਬਰਾਂ ਵੱਲ ਚੱਲਦੇ ਜਿਹਨਾਂ 'ਤੇ ਕਈ ਵਾਰੀ ਯਕੀਨ ਕਰਨਾ ਔਖਾ ਹੋ ਜਾਂਦਾ। ਹੁਣ ਇੱਕ ਯੂਪੀ ਸਰਕਾਰ ਨੇ ਨਵਾਂ ਹੁਕਮ ਬਣਾਇਆ, ਕਹਿ ਲਓ ਚਾਹੇ ਬਣਾਉਣ ਜਾ ਰਹੀ ਹੈ। ਆਦਿੱਤਿਆਨਾਥ ਯੋਗੀ ਮੇਰੇ ਇਕੱਲੇ ਹੀ ਹੈ, ਛੜੇ ਹੀ ਨੇ ਸ਼ਾਇਦ, ਕੋਈ ਸੁਣਿਆ ਤਾਂ ਹੈ ਨਹੀਂ ਕਦੇ ਉਹਨਾਂ ਧੀ ਪੁੱਤ ਕਿਸ ਗੱਲਬਾਤ ਇੱਦਾਂ, ਤਾਂ ਕਾਨੂੰਨ ਬਣਾ ਸਕਦਾ ਇਹੋ ਜਿਹਾ। ਉਹਨੇ ਕਾਨੂੰਨ ਬਣਾਇਆ ਜੀ ਵੀ ਜਿਹਦੇ ਦੋ ਬੱਚੇ ਹੋਏ ਜਾਂ ਇਸ ਤੋਂ ਵੱਧ, ਦੋ ਬੱਚਿਆਂ ਤੋਂ ਵੱਧ ਜਿਹਦੇ ਬੱਚੇ ਹੋਏ, ਤਿੰਨ ਬੱਚੇ ਜਿਹਦੇ ਹੋਏ, ਉਹਨੂੰ ਸਰਕਾਰੀ ਸਹੂਲਤਾਂ ਕੋਈ ਨਹੀਂ ਮਿਲਣੀਆਂ, ਨਾ ਸਰਕਾਰੀ ਨੌਕਰੀ ਮਿਲਣੀ ਆ। ਪਤਾ ਨਹੀਂ ਕਿੱਥੋਂ ਕੱਢਦੇ ਕਾਨੂੰਨ ਇਹੋ ਜਿਹੇ। ਮਤਲਬ ਕਹਿਣ ਦਾ ਵੀ ਹੁਣ ਜਿਹਦੇ ਤਿੰਨ ਬੱਚੇ ਨੇ ਪਹਿਲਾਂ ਤਾਂ ਉਹਨਾਂ ਤੋਂ ਚਾਰ ਬੱਚੇ ਨੇ, ਔਰ ਦੂਜੇ ਉਹਨਾਂ ਨੂੰ ਵੀ ਇਹ ਸਹੂਲਤਾਂ ਨਾ ਦੇਣਗੇ, ਨੌਕਰੀ ਤੋਂ ਕੱਢ ਦੇਣਗੇ ਜਿਹਨਾਂ ਦੇ ਬੱਚੇ ਪਹਿਲਾਂ ਹੈਗੇ ਆ। ਦੂਜੀ ਗੱਲ ਇਹ ਹੈ, ਤੁਸੀਂ ਭਾਈ ਸਾਹਿਬ ਕਾਨੂੰਨ ਤਾਂ ਬਣਾ ਰਹੇ ਹੋ, ਅਤੇ ਯੂਪੀ ਦੇ ਜਾਂ ਬਿਹਾਰ ਦੇ ਜਾਂ ਆਪਣੇ ਬੀਜੇਪੀ ਵਾਲਿਆਂ ਦੇ ਮੰਤਰੀਆਂ ਦੇ ਪੁੱਛ ਲਓ ਕਿੰਨੇ ਕਿੰਨੇ ਨਿਆਣੇ ਨੇ। ਗੁਆਂਢੀ ਤੁਹਾਡੇ ਇੱਥੇ ਲਾਲੂ ਪ੍ਰਸ਼ਾਦ ਯਾਦਵ ਹੈਗੇ, ਉਹਨਾਂ ਨੂੰ ਪੁੱਛ ਲਓ। ਹਾਂ, ਨਾਰਾ ਤਾਂ ਇਹ ਸੀ ਵੀ ਹਮ ਦੋ ਹਮਾਰੇ ਦੋ, ਉਹ ਕਹਿੰਦੇ ਜੀ ਹਮ ਦੋ ਅਤੇ ਹਮਾਰੇ ਨੌ। ਅਤੇ ਹੁਣ ਹਾਲ ਇਹ ਸੀ ਇੰਡੀਆ ਦਾ, ਆਬਾਦੀ ਦਾ ਵੀ, ਉਹਦੇ ਵਾਸਤੇ ਕੋਈ ਨਾ ਕੋਈ ਸਟੈਪ ਤਾਂ ਲੈਣਾ ਪੈਣਾ ਸੀ, 'ਚ ਕੋਈ ਸ਼ੱਕ ਨਹੀਂ। ਉਹ ਪਹਿਲਾਂ ਤਾਂ ਨਾਰਾ ਹੁੰਦਾ ਸੀਗਾ ਬਈ ਜਿਹੜੇ ਬੱਚੇ ਦੋ ਹੀ ਕਾਫੀ, ਹੋਰ ਤੋਂ ਮਾਫੀ, ਇਹ ਵੀ ਨਾਰਾ ਕਾਫੀ ਦੇ ਰਿਹਾ। ਅਟਲ ਬਿਹਾਰੀ ਵਾਜਪਾਈ ਦਾ ਨਾਰਾ ਰਿਹਾ ਵੀ ਹਮ ਏਕ ਹਮਾਰਾ ਕੋਈ ਨਹੀਂ, ਮੋਦੀ ਸਾਹਿਬ ਦਾ ਵੀ ਤਕਰੀਬਨ ਇਹੀ ਨਾਰਾ ਹੈ। ਅਤੇ ਪਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜੇ ਦੇਖੀਏ ਤਾਂ ਦੋ ਤਾਂ ਘੱਟ, ਹੋਰ ਫਟਾਫਟ ਵਾਲਾ ਕੰਮ ਹੋਇਆ ਪਿਆ, ਇੰਨੀ ਆਬਾਦੀ ਹੈਗੀ। ਉਹਦੇ ਵਾਸਤੇ ਜ਼ਰੂਰੀ ਹੈ ਆਬਾਦੀ ਘਟਾਉਣ ਲਈ, ਪਰ ਹੋਰ ਸ਼ਾਇਦ ਕਾਨੂੰਨ ਬਣ ਸਕਦੇ ਆ। ਤੁਸੀਂ ਹੁਣ ਨਾਲ ਦੀ ਨਾਲ ਗੱਲ ਕਰੀਏ, ਉਹਨਾਂ ਨੇ ਹਜੇ ਕੱਲ੍ਹ ਇਹ ਬਿਆਨ ਦਿੱਤਾ, ਅਤੇ ਅੱਜ ਹੀ ਗਾਜ਼ੀਆਬਾਦ ਦੇ ਵਿੱਚ ਇੱਕ ਔਰਤ ਨੂੰ ਇਕੱਠੇ ਚਾਰ ਬੱਚੇ ਪੈਦਾ ਹੋਏ ਆ। ਉਹ ਹੁਣ ਕੀ ਕਵੇ, ਰੱਬ ਨੂੰ ਵੀ, ਰੱਬ ਜੀ ਦੋ ਹੀ ਮੈਨੂੰ ਚਾਹੀਦੇ ਆ ਜੀ, ਮੈਨੂੰ ਤਾਂ ਕੁਛ ਮਿਲਣਾ ਨਹੀਂ, ਤੁਸੀਂ ਦੋ ਤਾਂ ਤੁਸੀਂ ਕਿਸੇ ਹੋਰ ਨੂੰ ਦੇ ਦਿਓ। ਇਹ ਕੁਦਰਤ ਦੇ ਨਿਯਮ ਜਿਹੜੇ, ਉਹਨਾਂ ਦੇ ਖਿਲਾਫ ਆਪਾਂ ਨਹੀਂ ਜਾ ਸਕਦੇ, ਧਿਆਨ ਰੱਖ ਸਕਦੇ ਹਾਂ। ਹੁਣ ਚਾਰ ਜਿਹੜੀ ਬੀਬੀ ਦੇ ਬੱਚੇ ਪੈਦਾ ਹੋਏ ਆ, ਅਤੇ ਉਹ ਜੇ ਉਹਦਾ ਘਰ ਵਾਲਾ ਹੋਏਗਾ ਕਿਤੇ ਸਰਕਾਰੀ ਨੌਕਰੀ, ਤਾਂ ਉਹਦੀ ਨੌਕਰੀ ਨੂੰ ਤਾਂ ਖਤਰਾ ਹੋ ਗਿਆ। ਉਹਦਾ ਘਰ ਦੇ ਵਿੱਚ ਉਹਨੂੰ ਇਹ ਨਹੀਂ ਸਮਝ ਆਉਂਦੀ ਹੋਣੀ ਮੈਂ ਹੁਣ ਘਰ ਦੇ ਵਿੱਚ ਪਾਰਟੀਆਂ ਕਰਾਂ, ਚਾਅ ਕਰਾਂ, ਖੁਸ਼ੀਆਂ ਕਰਾਂ, ਜਾਂ ਨੌਕਰੀ ਖੁੱਸਣ ਦਾ ਸੋਗ ਮਨਾਵਾਂ। ਇਹ ਹਾਲ ਸਾਡੇ ਭਾਰਤ ਦੇ ਕਾਨੂੰਨਾਂ ਦਾ ਹੈਗਾ, ਕਾਨੂੰਨਾਂ ਦਾ ਆਪਾਂ ਅਕਸਰ ਗੱਲ ਕਰੀ ਦੀ ਆ। ਨਾਲ ਦੀ ਨਾਲ ਫੁੱਟਬਾਲ ਦੇ ਸ਼ੌਕੀਨ ਸਾਡੇ, ਪੈਸੇ ਤਾਂ ਭਾਰਤ ਦੇ ਲੋਕ ਘੱਟ ਹੀ ਪਰ ਬਹੁਤ ਨੇ ਇੱਧਰਲੇ ਮੁਲਕਾਂ 'ਚ, ਤਾਂ ਬਹੁਤ ਸ਼ੌਕੀਨ ਨੇ ਸਾਡੇ ਬੱਚੇ ਜਿਹੜੇ ਹੈਗੇ ਨੇ ਸੌਕਰ ਦੇ, ਫੁੱਟਬਾਲ ਦੇ, ਔਰ ਦੇਖਦੇ ਨੇ ਦਿਨ ਰਾਤ ਫੁੱਟਬਾਲ, ਸੌਕਰ ਖੇਡਦੇ ਵੀ ਬਹੁਤ ਸਾਰੇ ਬੱਚੇ ਹੈਗੇ ਨੇ। ਇਹ ਕੱਪ ਹੋ ਕੇ ਹਟਿਆਏ ਦਾ ਜਿਹੜਾ ਅਮੈਰੀਕਾ ਕੱਪ ਇੱਥੇ, ਅਤੇ ਉਹ ਇੰਗਲੈਂਡ ਦੇ ਵਿੱਚੋਂ ਇਟਲੀ ਨੇ ਜਿੱਤਿਆ, ਅਤੇ ਉੱਥੇ ਵੀ ਵਾਹਵਾ ਕਹਿੰਦੇ ਪੰਗਾ ਇਹ ਪਿਆ ਵੀ ਇੰਗਲੈਂਡ ਨੂੰ, ਇਹ ਸੀ ਵੀ ਅਸੀਂ ਜਿੱਤਿਆ, ਕੱਪ ਜਿੱਤਿਆ ਹੀ ਪਿਆ, ਅਤੇ ਮਹੀਨੇ ਤੋਂ ਜਸ਼ਨ ਸ਼ੁਰੂ ਹੋ ਗਏ ਸੀ ਵੀ ਇੰਗਲੈਂਡ ਨੇ ਕੱਪ ਲੈ ਜਾਣਾ, ਅਤੇ ਉਹ ਕਹਿੰਦੇ ਵੀ ਕੱਪ ਵਿਲ ਐਟ ਆਵਰ ਹੋਮ। ਅਤੇ ਪਰ ਜਦੋਂ ਇਟਲੀ ਜਿੱਤ ਗਈ, ਅਤੇ ਇਟਲੀ ਨੇ ਫਿਰ ਨਾਲ ਦੀ ਨਾਲ ਕਿਸੇ ਖਿਡਾਰੀ ਨੇ ਕੂਹਣੀ ਮਾਰ ਕੇ ਦੂਜੇ ਵਿਰੋਧੀ ਖਿਡਾਰੀ ਨੂੰ ਕਹਿਤਾ ਵੀ ਕੱਪ ਇਜ਼ ਗੋਇੰਗ ਟੂ ਰੋਮ, ਅਤੇ ਉੱਥੇ ਆਈਦਾ ਵਾਹਵਾ ਕਹਿੰਦੇ ਲੜਾਈ ਜੁੜੀ ਹੋਈ ਹੈ, ਸੱਟਾਂ ਵੀ ਲੱਗੀਆਂ। ਸੋ ਖੈਰ ਚਲੋ, ਇਹ ਜਿਹੜੇ ਫੁੱਟਬਾਲ ਦੇ ਸ਼ੌਕੀਨ ਨੇ ਉਹਨਾਂ ਵਾਸਤੇ ਖਬਰ ਹੈਗੀ ਆ ਵੀ ਇਟਲੀ ਇਹ ਲੈ ਗਿਆ। ਹੁਣ ਆਪਾਂ ਇੱਕ ਬੜੇ ਕਿੱਸੇ ਸੁਣੇ ਆ ਇੱਥੇ ਕਰੋਨਾ ਦੇ ਦੌਰਾਨ, ਕਿ ਕੋਈ ਡੈੱਡ ਬੋਡੀਆਂ ਲਈ ਆ ਰਹੇ ਨੇ, ਉਹਦੇ 'ਚ ਵੀ ਕੋਈ ਬੰਦਾ ਜਾਂਦਾ, ਅਤੇ ਉਹ ਪੈਕ ਕੀਤੇ ਹੁੰਦੇ ਪੂਰੇ, ਉੱਪਰੋਂ ਖੋਲ੍ਹ ਕੇ ਵੀ ਨਹੀਂ ਦੇਖ ਸਕਦੇ, ਅਤੇ ਉਹ ਕੋਈ ਡਿੱਗਦੀ ਹੈਗੀ ਆ ਐਂਬੂਲੈਂਸ ਦੇ ਵਿੱਚੋਂ ਡੈੱਡ ਬੋਡੀ, ਅਤੇ ਉਹ ਬੰਦਾ ਹਿੱਲ ਰਿਹਾ ਹੁੰਦਾ, ਅਤੇ ਉਹ ਬੰਦੇ ਸਾਰੇ ਡਰ ਜਾਂਦੇ ਵੀ ਇਹ ਤਾਂ ਮਰਿਆ ਹੋਇਆ। ਬਹੁਤ ਸਾਰੇ ਕੇਸ ਆਪਾਂ ਇਹ ਵੀ ਦੇਖੇ ਨੇ
ਵੀ ਸ਼ਮਸ਼ਾਨ ਘਾਟ ਦੇ ਵਿੱਚ ਲੱਕੜਾਂ 'ਤੇ ਬੰਦਾ ਪਾਇਆ ਹੁੰਦਾ ਤਾਂ ਉੱਥੇ ਉਹਦੇ ਸਾਹ ਵਾਪਸ ਆ ਜਾਂਦੇ ਆ, ਕੁਦਰਤ ਦੇ ਰੰਗ ਹੈਗੇ ਆ। ਅਮੈਰੀਕਾ ਦੀ ਸਾਊਥ ਅਮੈਰੀਕਾ ਦੀ ਇੱਕ ਘਟਨਾ ਵਾਪਰੀ ਹੈ। ਕੋਵਿਡ ਦੇ ਦੌਰਾਨ ਇੱਕ ਕਿਸੇ ਪਰਿਵਾਰ ਦਾ ਇਹ ਹੋ ਗਿਆ ਕਿ ਹਸਬੈਂਡ ਕਹਿੰਦੇ ਵੀ ਡੈਥ ਹੋ ਗਈ ਹੈ ਤੁਹਾਡੀ ਕਰੋਨਾ ਦੇ ਨਾਲ, ਅਤੇ ਉਹਨੂੰ ਅਸੀਂ ਸੰਸਕਾਰ ਕਰਤਾ, ਦਫਨਾਤਾ, ਜੋ ਵੀ ਕਰਨਾ ਕੁਰਨਾ ਕਰਤਾ। ਕਰਦੇ ਕਰਾਉਂਦੇ ਜੀ ਚਲੋ ਸੋਗ ਸੂਗ ਵੀ ਸਾਰੇ ਮਨਾ ਲਏ ਅਗਲਿਆਂ ਨੇ, ਅਤੇ ਡੇਢ ਕੁ ਮਹੀਨੇ ਬਾਅਦ ਉਹ ਬੈੱਲ ਵੱਜੀ ਘਰ ਦੀ, ਅਤੇ ਜਨਾਨੀ ਦਰਵਾਜ਼ਾ ਖੋਲ੍ਹਿਆ ਅਤੇ ਅੱਗੇ ਉਹਦੇ ਘਰ ਵਾਲਾ ਖੜ੍ਹਾ ਜਿਹੜਾ ਮਰਿਆ ਡਿਕਲੇਅਰ ਹੋਇਆ ਸੀ। ਉਹ ਤਾਂ ਚੀਕ ਚਿਹਾੜਾ ਪੈ ਗਿਆ, ਬੇਹੋਸ਼ ਹੋ ਗਈ ਉੱਥੇ ਉਹ। ਹੁਣ ਬੇਹੋਸ਼ ਹੋ ਗਈ ਖੁਸ਼ੀ ਦੇ ਵਿੱਚ ਹੋ ਗਈ ਜਾਂ ਇਸ ਗੱਲੋਂ ਹੋ ਗਈ ਵੀ ਇਹ ਤਾਂ ਚੰਗਾ ਭਲਾ ਖੜ੍ਹਾ ਸੁੱਟਿਆ ਸੀ ਪੇ ਆ ਗਿਆ, ਪਤਾ ਨਹੀਂ। ਪਰ ਹੋਇਆ ਇਹ ਸੀਗਾ, ਕੇਸ ਬੜਾ ਇੰਟਰਸਟਿੰਗ ਜਿਹਾ ਹੈਗਾ ਕਿ ਉਹ ਕਹਿੰਦਾ ਜੀ ਮੈਂ ਕਰੋਨਾ ਨਾਲ ਮੈਂ ਹਸਪਤਾਲ ਨਹੀਂ ਸੀਗਾ, ਮੈਂ ਤਾਂ ਕਿਤੇ ਡਿੱਗ ਪਿਆ ਸੀ, ਵਾਹ ਵਾਹ 100-150 ਫੁੱਟ ਡੂੰਘੀ ਖੱਡੇ ਦੇ ਵਿੱਚ ਡਿੱਗ ਪਿਆ ਸੀ, ਤਾਂ ਉੱਥੇ ਮੈਨੂੰ ਲੋਕਾਂ ਨੇ ਬਚਾ ਬਚੂ ਲਿਆ। 3 ਦਿਨ ਮੈਂ ਬੇਹੋਸ਼ ਰਿਹਾ, ਉਦੋਂ ਬਾਅਦ ਹੋਸ਼ ਹੁਸ਼ ਆਇਆ ਤਾਂ ਮੈਂ ਠੀਕ ਟ੍ਰੀਟਮੈਂਟ ਕਰਾ ਕੇ ਅਤੇ ਮੈਂ ਹੁਣ ਵਾਪਸ ਆ ਗਿਆ। ਅਤੇ ਉਹ ਕਹਿੰਦੇ ਜੀ ਬੇਹੋਸ਼ ਹੋ ਗਈ ਜਨਾਨੀ। ਇਹ ਇੱਦਾਂ ਵੈਸੇ ਹੋ ਜਾਂਦਾ ਬਹੁਤ ਜਗ੍ਹਾ ਕਿ ਬੰਦਾ ਮਰਿਆ ਡਿਕਲੇਅਰ ਕਰ ਦਿੰਦੇ ਨੇ। ਇੱਕ ਰੋਮਾਨੀਆ ਦੇ ਵਿੱਚ ਬੜਾ ਅਜੀਬ ਕੇਸ ਹੋਇਆ ਸੀ, ਬੰਦਾ ਕੋਈ ਗਾਇਬ ਹੋ ਗਿਆ ਕਿਸੇ ਦੇ ਘਰ ਵਾਲਾ, 2-4 ਸਾਲ ਬਾਅਦ ਨਹੀਂ ਲੱਭਿਆ, 2-4 ਸਾਲ ਕੁਛ ਨਹੀਂ ਪਤਾ ਲੱਗਿਆ, 5 ਸਾਲ ਨਹੀਂ ਲੱਗਿਆ, ਅਤੇ ਉਹ ਜਨਾਨੀ ਜਿਹੜੀ ਸੀ ਉਹ ਚਲ ਗਈ ਸਰਕਾਰ ਕੋਲ ਵੀ ਭਾਈ ਜਾਂ ਤਾਂ ਮੇਰਾ ਪਤੀ ਲੱਭ ਕੇ ਦਿਓ ਜਾਂ ਮੈਨੂੰ ਤੁਸੀਂ ਉਹਦਾ ਡੈਥ ਸਰਟੀਫਿਕੇਟ ਦਿਓ। ਹੁਣ ਸਰਕਾਰ ਕਹਿੰਦੀ ਵੀ ਕਰੀਏ ਤਾਂ ਕਰੀਏ ਕੀ, ਹੁਣ ਡੈਥ ਸਰਟੀਫਿਕੇਟ ਜਦ ਬੰਦਾ ਪਤਾ ਹੀ ਨਹੀਂ ਮਰਿਆ ਕਿ ਨਹੀਂ ਮਰਿਆ, ਡੈਥ ਸਰਟੀਫਿਕੇਟ ਕਿਵੇਂ ਦੇ ਦਈਏ। ਅਖੀਰ ਉਹਨਾਂ ਨੇ ਇਹ ਫੈਸਲਾ ਕੀਤਾ ਜੀ ਵੀ ਡੈਥ ਸਰਟੀਫਿਕੇਟ ਉਹਦੇ ਘਰ ਵਾਲੇ ਦੇ ਦਿੱਤਾ। ਕਹਿੰਦੇ ਡੈਥ ਸਰਟੀਫਿਕੇਟ ਕਰਨਾ ਤਾਂ ਕੀ, ਤੂੰ ਵੇਟ ਕਰ ਲਾ। ਉਹ ਕਹਿੰਦੀ ਮੈਂ ਹੋਰ ਵਿਆਹ ਕਰਾਉਣਾ, ਮੈਂ ਵਿਆਹ ਕਰਾ ਕੇ ਪਾਸੇ ਕਰਾਂ, ਮੈਂ ਹੁਣ ਉਮਰ ਮੇਰੀ ਬੀਤਦੀ ਜਾਂਦੀ ਆ। ਤਾਂ ਉਹਨਾਂ ਨੇ ਜੀ ਉਹਨੂੰ ਡੈਥ ਸਰਟੀਫਿਕੇਟ ਦੇ ਦਿੱਤਾ। ਹੋਇਆ ਕੀ, 2 ਨਹੀਂ 4 ਨਹੀਂ 5 ਨਹੀਂ 6 ਨਹੀਂ 10 ਨਹੀਂ 20 28 ਸਾਲ ਬਾਅਦ ਉਹ ਬੰਦਾ ਵਾਪਸ ਆ ਗਿਆ ਘਰੇ, ਪਤਾ ਨਹੀਂ ਕਿੱਥੋਂ ਆਇਆ। ਹੁਣ ਉਹਦਾ ਵਿਆਹ ਦੂਜਾ ਹੋਇਆ 28 ਸਾਲ ਬਾਅਦ, ਨਿਆਣੇ ਨੂੰ ਵਾਹਵਾ ਹੋ ਗਏ ਹੋਣੇ ਆ। ਅਤੇ ਹੁਣ ਜਦੋਂ ਘਰੇ ਆਇਆ ਤਾਂ ਉਹ ਕਹਿੰਦਾ ਹਾਂਜੀ, ਉਹ ਕਹਿੰਦੀ ਵੀ ਤੁਸੀਂ ਦੱਸੋ ਹਾਂਜੀ ਕਿੱਧਰ, ਅਤੇ ਉਹ ਕਹਿੰਦਾ ਮੈਂ ਤਾਂ ਇੱਦਾਂ ਗਿਆ ਸੀ, ਮੈਂ ਤਾਂ ਵਾਪਸ ਆ ਗਿਆ। ਉਹ ਕਹਿੰਦੀ ਆ ਅੰਦਰੋਂ ਗਈ ਅਤੇ ਜਾ ਕੇ ਦਿਖਾ ਤਾ ਡੈਥ ਸਰਟੀਫਿਕੇਟ, ਕਹਿੰਦੀ ਆਹ ਲੈ ਤੇਰਾ ਡੈਥ ਸਰਟੀਫਿਕੇਟ, ਹੁਣ ਤੂੰ ਹੈਗਾ ਮਰਿਆ ਅਤੇ ਤੂੰ ਹੁਣ ਆਪਣਾ ਪਾਸੇ ਜਾ। ਇਹੋ ਜਿਹੇ ਕੇਸ ਹੀ ਬੜੇ ਹੋ ਜਾਂਦੇ ਆ। ਲਓ ਇੱਕ ਹੁਣ ਅਸੀਂ ਮਹਿੰਗੀਆਂ ਚੀਜ਼ਾਂ ਦੀ ਗੱਲ ਕਰੀ ਦੀ ਆ ਅਕਸਰ। ਇੱਕ ਨੀਦਰਲੈਂਡ ਦੇ ਵਿੱਚ ਕੋਈ ਰੈਸਟੋਰੈਂਟ ਹੈਗਾ, ਡੇ ਡਾਲਟਨ ਡਿਨਰ ਕੁਛ ਇਹੋ ਜਿਹਾ ਨਾਮ ਉਹਦਾ ਹੈਗਾ। ਉੱਥੋਂ ਦਾ ਇੱਕ ਸ਼ੈੱਫ ਹੈਗਾ ਰਾਬਰਟ ਜਾਨ ਡੇਵੀਨ, ਹੁਣ ਵੱਖਰੀ ਤਰ੍ਹਾਂ ਦਾ ਕਰਨ ਦਾ ਸ਼ੌਕੀਨ ਹੁੰਦੇ ਬੰਦੇ, ਅਤੇ ਉਹਨੇ ਇੱਕ ਬਰਗਰ ਤਿਆਰ ਕੀਤਾ ਜੀ। ਹੁਣ ਬਰਗਰ ਖਾਊ ਕਿਹੜਾ, ਸਾਨੂੰ ਵੀ ਕਈ ਵਾਰੀ ਸ਼ੌਕ ਹੁੰਦਾ ਮਹਿੰਗੇ ਮਹਿੰਗੇ ਖਾਣੇ ਖਾਣ ਦਾ, ਪਰ ਇੰਨੇ ਮਹਿੰਗੇ ਖਾਣੇ ਖਾਣ ਦਾ ਸ਼ੌਕ ਨਹੀਂ ਕਿ ਇੱਕ ਚੰਗੀ ਭਲੀ ਇੰਡੀਆ ਦੇ ਵਿੱਚ ਕਾਰ ਉਹਦੀ ਆ ਸਕਦੀ ਹੋਵੇ। ਬਰਗਰ ਦੀ ਨਾਲ ਫੋਟੋ ਵੀ ਜਿੰਮੀ ਸਾਹਿਬ ਦਿਖਾ ਦਿਓ, ਅਤੇ ਇਹ 5000 ਯੂਰੋ ਦਾ ਬਰਗਰ ਹੈ ਜੀ ਇੰਡੀਆ ਦਾ, ਕਹਿੰਦੇ ਲਗਭਗ 4.5 ਲੱਖ ਰੁਪਏ ਬਣਦਾ ਹੈ। ਹੁਣ ਦੱਸੋ ਜੀ ਇਹਨੂੰ ਬੰਦਾ ਖਾਊਗਾ, ਫਰਿੱਜ ਵਿੱਚ ਰੱਖੂਗਾ ਜਾਂ ਸ਼ੀਸ਼ੇ 'ਚ ਬਣਾ ਕੇ ਰੱਖੂਗਾ। ਜੇ ਖਾ ਲਿਆ ਤਾਂ ਦੱਸਣ ਜੋਗਾ ਹੀ ਰਹਿਣਾ ਬੰਦੇ ਨੇ, ਭਾਈ ਮੈਂ 4.5 ਲੱਖ ਦਾ ਬਰਗਰ ਖਾਧਾ, ਅਤੇ ਉਹਨੇ ਕੋਲ ਖਾਧਾ ਹੋਊਗਾ ਵੀ ਅਸੀਂ ਕਰਨਾ ਸੀ ਕਿਹੜਾ ਦੇਖਿਆ, ਅਤੇ ਸਾਂਭ ਕੇ ਰੱਖਿਆ ਹੋਊਗਾ ਦੱਸ ਸਕਦਾ ਜੀ ਆਹ ਦੇਖੋ ਅਸੀਂ ਤਾਂ ਘਰੇ 4.5-4 ਲੱਖ ਦੇ ਬਰਗਰ ਰੱਖੇ ਹੋਏ ਆ। ਇਹ ਹੁੰਦਾ ਇਹਦੇ ਨਾਲ ਦੇ 4-5 ਸੀ, ਬਾਕੀ ਨਿਆਣੇ ਖਾ ਗਏ, ਇੱਕੋ ਬਚਿਆ, ਫਿਰ ਇਹ ਕਹਿ ਸਕਦੇ ਨੇ। ਚਲੋ ਇਹ ਵੀ ਇੱਕ ਵੱਖਰੀ ਤਰ੍ਹਾਂ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੱਕ ਕਹਿੰਦੇ ਵੀ ਆਪਾਂ ਕੁਦਰਤ ਦੇ ਰੰਗ ਖਾਸ ਤੌਰ 'ਤੇ ਭਾਰਤ ਦੀ ਗੱਲ ਕਰੀਏ, ਤਾਂ ਉੱਥੇ ਕੋਈ ਕੁਦਰਤੀ ਚੀਜ਼ ਹੋ ਜਾਂਦੀ ਆ ਅਤੇ ਉਹਨੂੰ ਸਾਡੇ ਲੋਕ ਇੱਕ ਬਣਾ ਲੈਂਦੇ ਬਹੁਤ ਵੱਡਾ, ਉਹਨੂੰ ਕਹਿ ਸਕਦੇ ਹਵਾ ਬਣਾ ਦੇਣੀ ਆ, ਜਿਵੇਂ ਕਿ ਆਪਣੇ ਕਿਤੇ ਮੱਝ ਦੇ 5 ਲੱਤਾਂ ਵਾਲਾ ਕੱਟਾ ਕੋਈ ਜਨਮ ਹੋ ਗਿਆ ਅਤੇ ਉਹਦੇ ਜਿਉਂ ਦੁਨੀਆ ਜਾਂਦੀ ਦੇਖਣ, ਜਿਉਂ ਲੱਗਦੀ ਮੱਥੇ ਟੇਕਣ, ਕੋਈ ਗਾਂ ਦੇ ਉੱਤੇ ਜੀਭ ਜੀ ਹੁੰਦੀ, ਗਈਆਂ ਕਿਤੇ ਗਾਵਾਂ ਦੇ ਉਹ ਹੁੰਦੇ ਆ, ਉਹ ਲੈ ਕੇ ਪਿੰਡਾਂ ਦੇ ਵਿੱਚ ਆ ਜਾਂਦੇ ਆ ਜੀ, ਇਹ ਸੋਰੀ ਰੱਬ ਦਾ ਰੂਪ ਹੈ। ਹੁਣ ਇੱਕ ਢਾਕਾ ਦੇ ਵਿੱਚ ਖੇਤਾਂ ਦੇ ਵਿੱਚੋਂ ਗਾਂ ਮਿਲੀ ਆ ਕਿਸੇ ਨੂੰ, ਔਰ ਉਹਦਾ ਵੀ ਉਹੀ ਹਾਲ ਹੋਇਆ ਕਿ ਲੋਕ ਦੂਰੋਂ ਦੂਰੋਂ ਦੇਖਣ ਆ ਰਹੇ ਆ, ਔਰ ਮੀਡੀਆ ਨੇ ਤੜਾਤੜ ਚੱਕੀ ਹੋਈ, ਆਪਾਂ ਅਸੀਂ ਮੀਡੀਆ ਅਸੀਂ ਵੀ ਤਾਂ ਚੱਕੀ ਹੋਈ ਆ ਖਬਰ, ਚਲੋ ਇੰਟਰਸਟਿੰਗ ਕਰਕੇ ਸਾਂਝੀ ਕਰ ਰਹੇ ਤੁਹਾਡੇ ਨਾਲ। ਇੱਥੋਂ ਤੱਕ ਤਾਂ ਠੀਕ ਹੈ, ਇੰਟਰਸਟਿੰਗ ਖਬਰ ਤੱਕ, ਅਤੇ ਬਾਕੀ ਜਿਹੜਾ ਉਹਦਾ ਬਾਅਦ ਦੇ ਵਿੱਚ ਸ਼ੁਰੂ ਹੋ ਜਾਣਾ ਉਹਨੂੰ ਮੱਥਾ ਟੇਕਣਾ, ਉਹ ਕੰਮ ਖਰਾਬ ਹੈ। ਇਹ ਢਾਕਾ ਜਿਹੜੀ ਗਾਂ ਮਿਲੀ ਹੈ ਜੀ, ਇਹਦੀ ਫੋਟੋ ਵੀ ਤੁਸੀਂ ਨਾਲ ਦੇ ਸਕਦੇ ਹੋ, ਬੱਕਰੀ ਤੋਂ ਵੀ ਛੋਟੀ ਹੈ, ਬੱਕਰੀ ਦੇ ਵੀ ਮਸੀ ਲੱਤਾਂ ਤੱਕ ਆਉਂਦੀ ਇਹ, ਔਰ 23 ਮਹੀਨਿਆਂ ਦੀ ਇਹਦੀ ਉਮਰ ਹੈ, ਅਤੇ 51 ਸੈਂਟੀਮੀਟਰ ਯਾਨੀ ਕਿ 20 ਕੁ ਇੰਚ ਉੱਚੀ, 1.5 ਫੁੱਟ ਤੋਂ ਭੋਰਾ ਕੁ ਉੱਚੀ ਹੈਗੀ ਆ। ਇਸ ਗਾਂ ਨੂੰ ਵੀ ਦੁਨੀਆ ਭਰ ਦੇ ਲੋਕ ਜਿਹੜੇ ਨੇ
ਦੇਖ ਰਹੇ ਨੇ, ਵੀਡੀਓ ਬਣਾ ਬਣਾ ਪਾ ਰਹੇ ਨੇ, ਅਤੇ ਲੋਕ ਹਜੇ ਤੱਕ ਤਾਂ ਬਚਾ ਸੀ, ਮੱਥਾ ਮੁੱਥਾ ਟੇਕਣਾ ਸ਼ੁਰੂ ਨਹੀਂ ਹੋਏ, ਪਰ ਛੇਤੀ ਲੱਗਦਾ ਹੋ ਜਾਣਗੇ। ਕੋਈ ਅਰਥੀ ਜਾ ਰਹੀ ਸੀ ਪਿੱਛੇ ਬੜੀ ਲੰਬੀ, ਲੋਕ ਬਹੁਤ ਦੂਰ ਤੱਕ ਨਾਲ ਨਾਲ ਜਾ ਰਹੇ ਸੀ, ਅਤੇ ਬੰਦਾ ਕੋਈ ਕੋਲ ਦੀ ਲੰਘਿਆ ਅਤੇ ਉਹਨੇ ਦੇਖਿਆ ਵੀ ਬਈ ਭਾਈ ਇਹ ਕਾਫੀ ਕੋਈ VIP ਮਰਿਆ ਲੱਗਦਾ, ਅਤੇ ਇੱਕ ਅਰਥੀ ਦੇ ਨਾਲ ਕੁੱਤਾ ਤੁਰਿਆ ਜਾਂਦਾ ਸੀਗਾ। ਕੋਈ ਕਾਫੀ VIP ਲੱਗਦਾ ਅਤੇ ਉਹਦਾ ਕੁੱਤੇ ਨਾਲ ਬਹੁਤ ਪਿਆਰ ਲੱਗਦਾ, ਤਾਂ ਹੀ ਇੰਨਾ ਇਕੱਠ ਆ, ਤਾਂ ਹੀ ਕੁੱਤਾ ਨਾਲ ਜਾ ਰਿਹਾ ਕਬਰਾਂ ਤੱਕ। ਉਹਨੇ ਸਭ ਤੋਂ ਪਿੱਛੇ ਗਿਆ ਪੌੜੀ ਵਾਲੀ ਤੁਰਦਾ ਤੋਂ ਅੱਗੇ ਪਹੁੰਚ ਕੇ, ਜਿਹੜਾ ਬੰਦਾ ਬਿਲਕੁਲ ਅਰਥੀ ਦੇ ਨੇੜੇ ਸੀ ਉਹਨੂੰ ਕਹਿੰਦੇ ਭਾਈ ਸਾਹਿਬ ਇਹ ਕੀ ਹੋਇਆ? ਉਹ ਕਹਿੰਦੇ ਜੀ ਮੇਰੀ ਵਾਈਫ ਮਰ ਗਈ। ਅੱਛਾ ਅੱਛਾ, ਕਹਿੰਦਾ ਬੜੀ ਮਾੜੀ ਗੱਲ ਹੋ ਗਈ ਤੁਹਾਡੀ ਵਾਈਫ ਮਰ ਗਈ, ਅਤੇ ਇਹਦਾ ਮਤਲਬ ਵੀ ਤੁਹਾਡੀ ਵਾਈਫ ਦਾ ਇਸ ਕੁੱਤੇ ਨਾਲ ਬਹੁਤ ਪਿਆਰ ਸੀ, ਤਾਂ ਇਹ ਤੁਸੀਂ ਇਹ ਨਾਲ ਸਿਵਿਆਂ ਤੱਕ ਜਾ ਰਿਹਾ। ਉਹ ਕਹਿੰਦਾ ਨਹੀਂ ਨਹੀਂ ਪਿਆਰ ਨਹੀਂ ਸੀ, ਅਸਲ 'ਚ ਇਸ ਕੁੱਤੇ ਨੇ ਮੇਰੀ ਵਾਈਫ ਨੂੰ ਵੱਢਿਆ ਸੀ, ਉਦੋਂ ਬਾਅਦ ਇਹ ਮਰੀ ਹੈ, ਅਤੇ ਤਾਂ ਇਹ ਵੈਸੇ ਜਾ ਰਿਹਾ ਕਬਰਾਂ ਤੱਕ। ਅਤੇ ਉਹ ਕਹਿੰਦਾ ਭਾਅ ਜੀ ਫਿਰ ਕੁੱਤਾ ਇੱਕ ਦਿਨ ਲਈ ਮੈਨੂੰ ਦੇ ਦਿਓ ਉਧਾਰਾ। ਉਹ ਕਹਿੰਦਾ ਕੁੱਤਾ ਲੈਣਾ ਪਿੱਛੇ ਲਾਈਨ 'ਚ ਲੱਗਦਾ, ਸਾਰੀ ਲਾਈਨ ਕੁੱਤਾ ਲੈਣ ਵਾਲਿਆਂ ਦੀ ਆ। ਸੋ ਇੰਨੀ ਗੱਲ ਵੈਸੇ ਹੁੰਦੀ ਨਹੀਂ ਹੈਗੀ, ਇੰਨੀ ਮਾੜੀ ਹਾਲਤ ਜਿੰਨੀ ਅਸੀਂ ਬਣਾ ਦਿੰਦੇ ਹਾਂ ਜੋਕਸ ਦੇ ਵਿੱਚ ਹਸਬੈਂਡ ਵਾਈਫ ਦੀ, ਹਸਬੈਂਡ ਦੀ ਖਾਸ ਤੌਰ 'ਤੇ ਚੰਗੀ ਵੀ ਹੁੰਦੀ ਹੈ, ਚੰਗੀ ਉਹ ਹੀ ਹੁੰਦੀ ਹੈ, ਉਹ ਤਾਂ ਅੰਡਰਸਟੈਂਡਿੰਗ ਹੁੰਦੀ ਹੈ ਜੀ, ਬੰਦੇ ਠੀਕ ਹੈ, ਇੱਕ ਨੇ ਘਰ ਬੋਲਣਾ, ਇੱਕ ਨੇ ਬਾਹਰ ਬੋਲਣਾ ਮੇਰੇ ਵਰਗੇ ਨੇ, ਅਤੇ ਇਹ ਇੱਦਾਂ ਹੁੰਦਾ ਵੈਸੇ, ਇੱਦਾਂ ਦੀ ਕੋਈ ਗੱਲ ਨਹੀਂ ਕਿ ਕੁੱਤੇ ਲੈਣ ਤੱਕ ਨੌਬਤ ਆਵੇ। ਵਿਸ਼ੇ ਵੱਲ ਚੱਲੀਏ, ਅਤੇ ਵਿਸ਼ੇ ਸਾਨੂੰ ਇਹ ਵੀ ਸਾਡੇ ਦਰਸ਼ਕਾਂ ਨੇ ਦਿੱਤੇ ਆ ਅੱਜ ਦਾ, ਵੀ ਕਨੇਡਾ ਤੋਂ, ਕਨੇਡਾ ਤੋਂ ਵੀ ਦਿੱਤਾ ਕਹਿ ਲਓ, ਜਾਂ ਇਹ ਵਾਇਰਲ ਬੜਾ ਹੋਇਆ ਸੀ, ਇੱਕ ਵੀਡੀਓ ਆਡੀਓ ਕੈਸਟ ਕਹਿ ਲਓ, ਫੋਟੋਆਂ ਕਹਿ ਲਓ, ਤਾਂ ਉਦੋਂ ਬਾਅਦ ਸਾਨੂੰ ਉਹ ਕਹਿੰਦੇ ਜੀ ਵੀ ਤੁਸੀਂ ਇਸ ਟੋਪਿਕ 'ਤੇ ਗੱਲ ਨਹੀਂ ਕੀਤੀ, ਵੀ ਤੁਸੀਂ ਇੱਕ ਦਿਨ ਗੱਲ ਕੀਤੀ ਸੀ ਜਿਹੜੇ ਬੰਦੇ ਬਾਹਰਲੇ ਮੁਲਕਾਂ ਦੇ ਵਿੱਚ ਕੁੜੀਆਂ ਤੋਂ ਸਤਾਏ ਹੋਏ ਨੇ, ਕੁੜੀਆਂ ਨੇ ਧੋਖਾ ਕੀਤਾ, ਨਹੀਂ ਸੋਰੀ ਮੁੰਡਿਆਂ ਨੇ ਧੋਖਾ ਕੀਤਾ, ਗੱਲ ਅਸੀਂ ਕੀਤੀ ਮੁੰਡਿਆਂ ਨੇ ਧੋਖਾ ਕੀਤਾ, ਸਿੰਗਲ ਮੌਮ ਦੀ ਗੱਲ ਕੀਤੀ ਸੀ, ਉਹਨੂੰ ਕੀ ਪ੍ਰੋਬਲਮਾਂ ਆਉਂਦੀਆਂ ਨੇ। ਕਹਿੰਦੇ ਜੀ ਵੀ ਸਿੱਕੇ ਦੇ ਦੋਨੋਂ ਪਹਿਲੂ ਦਿਖਾਓ ਤੁਸੀਂ, ਫਿਰ ਉਹਨਾਂ ਨੇ ਆ ਸਾਰੀ ਸਟੋਰੀ ਜਿਹੜੀ ਕਨੇਡਾ ਦੇ ਵਿੱਚ ਕੇਸ ਹੋਇਆ ਬੇਅੰਤ ਕੌਰ ਅਤੇ ਲਵਪ੍ਰੀਤ ਸਿੰਘ ਵਾਲਾ ਕੇਸ ਹੋਇਆ, ਮੁੰਡਾ ਬੜਾ ਯੰਗ ਜਿਹਾ ਸੀ, ਪੈਸੇ ਪੂਸੇ ਕਾਫੀ ਲਾ ਤੇ ਇੱਧਰ, ਉਦੋਂ ਬਾਅਦ ਜਦੋਂ ਇੰਡੀਆ ਦੇ ਵਿੱਚ ਇਹ ਸ਼ੁਰੂ ਹੋ ਜਾਂਦੀ ਗੱਲ ਕਿ ਮੀ ਟੂ ਦਾ ਸਿਸਟਮ ਹੈਗਾ, ਇੱਕ ਆਇਆ ਸੀਗਾ ਜੀ ਫਲਾਣੇ ਲੀਡਰ ਨੇ ਜਨਾਨੀ ਨੂੰ ਛੇੜਿਆ, ਤੋ ਜਿਉਂ ਜਨਾਨੀਆਂ ਆਈਆਂ ਮੈਨੂੰ ਵੀ ਛੇੜਿਆ, ਮੈਨੂੰ ਵੀ ਫਲਾਣੇ ਨੇ ਛੇੜਿਆ, ਮੈਨੂੰ ਵੀ ਫਲਾਣੇ, ਮੀ ਟੂ ਆ ਗਿਆ ਸੀ। ਫਿਰ ਆਇਆ ਜੀ ਕਿਤੇ ਮੇਰੀ ਫਲਾਣੇ ਏਜੰਟ ਨੇ ਮੇਰੇ ਨਾਲ ਠੱਗੀ ਮਾਰੀ, ਅਤੇ ਉਦੋਂ ਵੀ ਆ ਗਿਆ ਮੇਰੇ ਨਾਲ ਵੀ। ਜਦੋਂ ਆਹ ਹੁਣ ਕੇਸ ਸਾਹਮਣੇ ਆਇਆ ਲਵਪ੍ਰੀਤ ਵਾਲਾ, ਅਤੇ ਉਹਦੀ ਉਹਨੇ ਖੁਦਕੁਸ਼ੀ ਕਰ ਲਈ, ਅਤੇ ਫਿਰ ਬੇਅੰਤ ਕੌਰ ਜਿਹੜੀ ਹੈ ਉਹਨੇ ਵੀ ਆਪਣਾ ਪੱਖ ਪੇਸ਼ ਕੀਤਾ, ਉਹਦੇ ਘਰਦਿਆਂ ਨੇ ਵੀ ਆਪਣਾ ਪੱਖ ਪੇਸ਼ ਕੀਤਾ, ਸਾਰੇ ਜਣੇ ਇੱਦਾਂ ਲੱਗੇ ਹੋਏ ਨੇ, ਰਿਸ਼ਤੇਦਾਰ ਵੀ ਲੱਗੇ ਹੋਏ ਨੇ। ਉਦੋਂ ਬਾਅਦ ਇੱਕ ਹਨੇਰੀ ਜੀ ਉੱਠੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਦੀ, ਮੇਰੇ ਖਿਆਲ ਹਜ਼ਾਰਾਂ ਦੇ ਹਿਸਾਬ ਨਾਲ ਪੰਜਾਬ ਦੇ ਮੁੰਡੇ ਵਾਹਵਾ ਯੰਗ ਜਿਹਨੂੰ ਕਹਿੰਦੇ ਹੁੰਦੇ ਮੁੱਛ ਫੁੱਟ ਗੱਭਰੂ ਜਿਹੜੇ ਹੁੰਦੇ ਨੇ, ਉਹ ਸਾਹਮਣੇ ਆਏ ਜੀ ਸਾਡੇ ਨਾਲ ਵੀ ਕੁੜੀ ਨੇ ਤਾਂ ਕੀਤੀ ਠੱਗੀ, ਫਲਾਣੇ ਨਾਲ ਸਾਡੇ ਨਾਲ ਵੀ ਕੀਤੀ, ਅਤੇ ਕੁੜੀਆਂ ਦੋ ਤਿੰਨ ਹੀ ਦੱਸਦੇ ਨੇ ਕਨੇਡਾ ਦੀਆਂ। ਸੋ ਉਹ ਜੇ ਜਾਣਕਾਰੀ ਕੋਈ ਤੁਹਾਡੇ ਕੋਲ ਹੋਵੇ ਉਹ ਅੱਜ ਸਾਂਝੀ ਕਰਦੇ ਹਾਂ ਆਪਾਂ, ਅਮੈਰੀਕਾ ਦਾ ਕੋਈ ਕੇਸ ਇਹੋ ਜਿਹਾ ਹੋਵੇ, ਕਿਉਂਕਿ ਅਸੀਂ ਠੀਕ ਹੈ ਲੇਡੀਜ਼ ਸਤਿਕਾਰ ਕਰਦੇ ਹਾਂ, ਸਾਰੇ ਜਣੇ ਸਤਿਕਾਰ ਕਰਨਾ ਵੀ ਚਾਹੀਦਾ, ਪਰ ਉਹਦੇ 'ਚ ਵੀ ਕਈ ਬਹੁਤ ਸਾਰੀਆਂ ਲੇਡੀਜ਼ ਕੁੜੀਆਂ ਐਸੀਆਂ ਹੈਗੀਆਂ, ਜੇ ਅਸੀਂ ਨਸ਼ਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਉਹ ਵੀ ਬਹੁਤ ਵੱਧ ਗਿਆ ਲੇਡੀਜ਼ ਦੇ ਵਿੱਚ, ਕੁੜੀਆਂ ਦੇ ਵਿੱਚ। ਜੇ ਅਸੀਂ ਠੱਗੀਆਂ ਦੀ ਗੱਲ ਕਰੀਏ, ਪੰਜਾਬ ਦੀ ਹੀ ਗੱਲ ਕਰ ਲਈਏ, ਤਾਂ ਪੰਜਾਬ ਦੇ ਵਿੱਚ ਜਨਾਨੀਆਂ ਕੋਲੋਂ ਠੱਗੀਆਂ ਬਹੁਤ ਕਰਾਉਂਦੇ ਨੇ ਲੋਕ, ਵੀ ਪਤਾ ਵੀ ਜਨਾਨੀ ਦੇ ਬੰਦੇ ਨੇ ਸ਼ੱਕ ਘੱਟ ਕਰਨਾ। ਇੱਧਰਲੇ ਕਿਸੇ ਇੱਕ ਪੁਰਾਣੀ ਖਬਰ ਆ ਹੈਗੀ ਹੈ, ਬਹੁਤ ਪੁਰਾਣੀ ਖਬਰ ਹੈ ਵੀ ਕਨੇਡਾ ਤੋਂ ਤਾਂ ਬੰਦੇ ਨੇ ਆਪਣੀ ਜਨਾਨੀ ਨੂੰ ਟਰੱਕ 'ਤੇ ਭੇਜ ਕੇ, ਟੀਮ ਡਰਾਈਵਰ ਸੀਗੇ, ਅਤੇ ਟੀਮ ਡਰਾਈਵਰ ਉਹਨੂੰ ਇਕੱਲੀ ਨੂੰ ਭੇਜਦਾ ਵੀ ਚੱਲ ਕੋਈ ਨਹੀਂ ਇੱਕ ਗੇੜ ਲਾਇਆ, ਅਤੇ ਮੈਂ ਉੱਥੇ ਨੇੜਿਓਂ ਮੁੜਿਓ ਨਾ ਵੈਨਕੂਵਰ ਤੋਂ ਉੱਧਰ ਚੜ੍ਹੇ, ਅਤੇ ਇੱਥੋਂ ਸਿਆਟਲ ਟੱਪ ਕੇ ਕਿਤੇ ਲਾਉਣਾ ਹੋਣਾ, ਅਤੇ ਨਾਲ ਉਹਦੇ 'ਚ ਡਰੱਗ ਵਗੈਰਾ ਸੀਗੀ, ਅਤੇ ਉਹਨੇ ਉਹਦੇ ਥਰੂ ਇੱਦਾਂ ਕੀਤਾ ਵੀ ਜਨਾਨੀ 'ਤੇ ਬੰਦਾ ਸ਼ੱਕ ਘੱਟ ਕਰਦਾ, ਪੁਲਿਸ ਨਾਲ ਸ਼ੱਕ ਘੱਟ ਕਰਦੇ, ਪਰ ਐਸੀ ਗੱਲ ਕੋਈ ਹੈ ਨਹੀਂ। ਬਹੁਤ ਇਹੋ ਜਿਹੇ ਕੇਸ ਹੁੰਦੇ ਨੇ ਜਿਹੜੀਆਂ ਲੇਡੀਜ਼ ਕਰਦੀਆਂ ਨੇ, ਬਹੁਤ ਸਾਰੀਆਂ ਠੱਗੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਲੇਡੀਜ਼ ਮਾਰਦੀਆਂ ਨੇ। ਅਸੀਂ ਇਹ ਅੱਜ ਹੁਣ ਗੱਲ ਸਿੱਕੇ ਦਾ ਦੂਜਾ ਪਹਿਲੂ ਜਿਹੜਾ ਉਹ ਅਸੀਂ ਸਾਂਝਾ ਕਰਨਾ ਚਾਹੁੰਦੇ ਤੁਹਾਡੇ ਨਾਲ। ਕੁੜੀਆਂ ਮੁੰਡੇ ਰਿਸ਼ਤੇ ਬਣੇ ਆ, ਵੈਸੇ ਤਾਂ ਜੇ ਇਹ ਮੰਨ ਕੇ ਚੱਲੀਏ ਵੀ ਕਹਿੰਦੇ ਰਿਸ਼ਤੇ ਧੁਰੋਂ ਲਿਖ ਕੇ ਆਉਂਦੇ ਆ, ਅਤੇ ਫਿਰ ਤਾਂ ਭਾਈ ਜੇ ਧੁਰੋਂ ਲਿਖ ਕੇ ਤਾਂ ਫਿਰ ਬਾਅਦ 'ਚ ਕੋਈ ਲਿਖ ਕੇ ਮਿਟਾ ਮਟੂ ਦਿੰਦਾ ਹੋਣਾ, ਜਾਂ ਤਾਂ ਇਹ ਹੋਣਾ ਵੀ ਬਹੁਤ ਕੇਸ ਐਸੇ ਹੋ ਰਹੇ ਨੇ।
और ये नाल ही असी गल की सी जी साढ़े दर्शकों ने बहुत पसंद की। विश्वास खत्म हो रहा, एक विश्वास जोड़ा हैगा बनया हुआ पंजाबियों का, पंजाबियों के बिल्कुल खत्म हो रहा, मुंडिया का कुड़िया तो, कुड़ियों का मुंडिया तो। साढ़े भी इतने मेरी भाण जी इसे कनेडा व्याही है, तो असी जिनी देर वो इतने आ नहीं गई असी डरी गए, वो कहें भी जिनी देर आ के हुण सैटल नहीं हो गए, वो कहें मुंडे वाले कहें असी डरी गए भी पता नहीं की हो जाना, पता नहीं किहो जिहा सुभा हो, पता नहीं की होगा। तो हूँ वो बड़े वधिया सारा परिवार हैगा, मतलब ए चीज़ एक डर, अगर हुण कोई मुंडा जां कुड़ी बा इंडिया रिश्ता करता तो वो डर परिवार के दिमाग के भी बैठा हुंदा, मुंडे कुड़ी के दिमाग के भी बैठा हुंदा। कनेडा की जी सारी गलबात मेरे ख्याल शायद अपने आप देंदे होंगे धीर साहब गुरमेल सिंह धीर, वो जानकारी बैटर दे सकते हैं। तो होर कित जी गल हो, एक तो होया ना जी भी विआह किया चाहे मुंडा जां कुड़ी है तो बाद समस्या आ गई आपस बनी बुनी नहीं तो तलाक लै लिया, वो एक अलग विषय। एक ये है भी मुंडा कुड़ी आए ने उधरों, मुंडा आया जां कुड़ी आई तो उन्हें जो पी आर मिल गई जां कागज कूज बन गए ग्रीन कार्ड मिल गया तो उदू बाद तलाक लै लिया, एक तो केस ये ने। आपां उन्हां केसां दी गल करनी है जिहड़े स्पैशल जांदे ही इत्थों इंडिया, मुंडे जां कुड़ियां जांदे ने पैसा लैंदे ने, कई तो चलो गलत भी करदे ने एक्सप्लॉयट भी करदे ने उन्हां नूं उत्थे मुंडे जां कुड़ियां, तो उदू बाद वापस आ के नहीं जाते पैसा पूसा लुट लें। तो कई है सिर्फ बाकी कुछ नहीं कहते शरीरक तौर पर, उन्होंने नहीं कहना विश्वास बनाने वास्ते भी देखो असं तो इन्ने चंगे हाँ, असी तो कुड़ी क्या भी नहीं कुछ टच भी नहीं किया, असं तो मुंडे को देखो टच भी नहीं किया। तो उदू बाद पता लगता जो बाद फोन फून आने हट जाते हैं कि थोड़े को बारे जानकारी हैगी है कि ये कारण ने। कारण तो चलो अपन पता है, कारण के तो कोई बड़ा लंबा चौड़ा कारण है नहीं, एक सीधा सीधा लालच हैगा जे बाहरले मुल्कों तो जाके ये काम करते हैं तो बाहरले मुल्कों के भी तो पैसा तुम वैसे ही जिन्ना कमा चाहो कमा सकते हैं। कल सिलसिला शुरू करते हैं, की विचार ने थोड़े जानते, सत श्रीकाल जी तुम आने रहो जी। हाँ जी सत श्रीकाल जी। जी कौन बोलते? घरेलू बिजी ने कनेडा तो बड़ा रौला पिया कि कुड़ियां गई तो ठगी मार के आ गई, तो बारे कोई है जानकारी की हाल है कि बच सकते हैं ठगिया? अमेरिका का कोई एहो जिहा केस देखिया सुनिया होवे? राजकुमार जी की हाल है जी? वैसे एक चीज जी मेनू बहुत वधिया लगती है जी, और परमात्मा का भी मैं शुक्र करदा, साडे पंजाबियों का भी शुक्र करदा, तो मैं जे दो दिन नहीं आया तो थोड़ा भी फोन स्पैशल मेरे मोबाइल पर आया, तो मैं तीन चार फोन होर भी आए भाई खैर सुख है सब ठीक है भी लाइव प्रोग्राम नहीं किया। हाँ जी हाँ जी चलो बहुत शुक्र है, बहुत शुक्र है जी, बहुत शुक्र है अपने सब तो अच्छे जो दोस्त
ਤੁਸੀਂ ਹੋ चलो बहुत मेहरबानी जी। राजकुमार जी आज आप गल कर रहे हैं इस तरह का कि इधर अमेरिका तो नहीं मेरे ख्याल केस कोई लगता या अमेरिका के नाते किसी ने तो नहीं मुंडिया नाल ठगी मारी कुड़ियां की खास तौर से गल करते ब्याह के नाते नहीं जी किसी नाल नहीं बजी अजे अजे तक का रब का शुक्र है जी। हाँ बाकी मैं ये गल करनी थी कि जी अर्जुन सिंह अंजान उन्होंने कई बार कोशिश हुई है मैं उन्होंने दर्शन नहीं कर सकता थ्रू मेहरबानी। और मैंने लगता भी अमेरिका के इस तरह का कोई बड़ा वाह वास्ता नहीं है इस तरह की ठगी दे अमेरिका तो ब्याह करवाउण इदा वैसे भी घट ही सुनिया कोई ब्याह करवाउण गया जां बाद ब्याह करवाउण जांदे ने इस तरह के लोग या इस तरह का कोई अमेरिका तो मुंडा गया जां कुड़ी गई आ और पैसे ठग के वापस आ गए ये मैं शायद नहीं सुनिया पर दूजे केस बहुत होए ने भी अमेरिका तो ब्याह करा के आए तो आँदे जी इंडिया तो आया मुंडा आया कुड़ी आई है वो दो तीन साल बाद छड़ गए डाइवोर्स लै लिया होर पंगे पाते जे वो पर जी कनेडा की गल करते हैं यदा असं जरूर जिक्र करना चाहवागे साढ़े दर्शकों को कॉलों जरिए बई की करना चाहिए यहोजे लोगों का किमें पता लग सकता और मैं पहला भी बहुत देर पहला एक बार न्यूयॉर्क तो प्रोग्राम किया बकायदा ग्रोह बने ने ट्रैवल एजेंट में मिले हुए हैं। अच्छा ये तो कुड़ियाँ कनेडा तो गई ने कनेडा तो पैसे मंगवाए आ उन्होंने कनेडा विआह के नाते इंडिया के सोहने सुनखियां कुड़ियाँ लैके नाल ग्रोह के मिलाते हैं जिहड़ियां देखण नूं बाहरों आईयां लगदियां ते अंग्रेजी गुरु जी चंगी बोल लैंदियां वो मुंडे नूं दिखाउणे रेस्टोरेंट के गलबात करवाउणी नाल नकली माँ प्यो बना देना उस तो बाद सौदा तय होना 35 लाख 40 लाख 50 लाख तो उदू बाद पैसे लैके तो ना उदू बाद एजेंट लभदा तो ना वह मुड़ के कुड़ी लभदी है उदू बाद होर शहर दे विच चल जांदे आ। सो ये चीज़ा विश्वास खत्म कर दियां जा रही साडा पूरी दुनिया दे विच एक दूजे का विश्वास। सो मैं तुहाडियां कालां जरिए यही जानना चाहुंदा वी की हल हैगे ने मैं सॉरी माफ़ी चाहुंदा मेरे को बंपर विच लग गया सीगा कि इहदे हल हैगे ने ते की इहदे असीं किवें पता लग सकदा वी किहड़ा बंदा सही आ ते किहड़ा बंदा गलत है। सो कॉल करो कॉल करके गलबात जी आप कर सकते फिलहाल एक ब्रेक लेने देखते रहो 10 मिनट जी। ब्रेक तो बाद एक बार फिर हाजिर है गल कनेडा की है लेकिन सोशल मीडिया से बहुत व्डे पद्धर से वायरल हुई है तो नाल दी नाल अगर गल करिए इंडिया दे विच भी बहुत ही इहदा वाह वरोला मचया होया है और आपो अपना पक्ष सारे कर रहे की सही की नहीं है जे तो केस कूस हो गया फिर तो गल वक्री है और यह कहा जाता है कि वह कुड़ी डिपोर्ट कर दिता जाएगा इधरों बेअंत कौर डिपोर्ट होएगी बहुत मीडिया ने कल चक्की सी डिपोर्ट होनी चाहिए डिपोर्ट होनी चाहिए है फिर वह सामने आई सी फिर एक वो हक के होर जनानी सामने आई सी। सो उस बाद खबर चलदी ये आ गई भी जिहड़ियां होर मुंडिया दो चार ठगियां वजियां उन्होंने तो पिंड दे नूं वजियां ने तो वह भी इन्हें इस क्या भी मेरी कुड़ी मेरी सहेली हैगी है कहिंदे जिहड़ी उन्हें क्या की नहीं क्या थोड़े कोई जानकारी हो जरूर सांझी करो तो फिलहाल आप जिहड़ियां कालां सिलसिला गुरमेल सिंह धीर साहब साडे नाल जुड़िया फोन पर उन्होंने को जानकारी लैन की कोशिश करते हैं तो की विचार है जां की केस सारा ये है जी। धीर साहब सत श्री अकाल जी बहुत बहुत स्वागत जी। धीर साहब जी धीर साहब सत श्री अकाल जी। सत श्री अकाल जी बहुत बहुत स्वागत जी। गुंझलदार मसला लैके आंदा जी घर घर यही कहानी हुई पई है जी। अच्छा जेड़ा तुसी हुण अज गल कीती आ लवप्रीत ते बेअंत सिंह हां जी बेअंत कौर बेअंत कौर बेअंत कौर हां जी लवप्रीत मुंडा सी हां जी वो कुड़ी इत्थों गई ते जाके उत्थे ब्याह कराया ते उस तों बाद उहनूं होर पता नहीं उहनां ने इक तां लोकां दा ना पता नहीं दीन मां नहीं
ਖਤਮ ਹੋ ਗਿਆ। ਇੱਕ ਤਾਂ ਧੀਰ ਸਾਹਿਬ ਦੀਨ ਇਮਾਨ ਖਤਮ ਹੈ, ਇੱਕ ਸੋਸ਼ਲ ਮੀਡੀਆ ਕੁਛ ਤਾਂ ਕੁਛ ਪੇਸ਼ ਕਰ ਦਿੰਦਾ, ਕਈ ਵਾਰ ਸੱਚਾਈ ਕੁਛ ਹੋਰ ਹੁੰਦੀ ਆ। ਉਹਨਾਂ ਦੀਆਂ ਫੋਟੋਆਂ ਬਹੁਤ ਵਾਇਰਲ ਹੋਈਆਂ ਸੀ, ਲੇਕ ਲੂਕ 'ਤੇ ਘੁੰਮਦੇ ਤੇ ਚੰਡੀਗੜ੍ਹ ਵੀ ਸਾਰੇ ਜਾਂਦੇ ਆਉਂਦੇ, ਉਹ ਤਾਂ ਇੱਦਾਂ ਕਾਫੀ ਫੋਟੋਆਂ ਸੀਗੀਆਂ। ਦੇਖੋ ਉੱਥੇ ਪਤਾ ਨਹੀਂ ਕੀ ਹੋਇਆ ਹੋਣਾ, ਸੌਦੇਬਾਜ਼ੀ ਹੋਈ ਜਾਂ ਕੀ ਕੀਤਾ ਜਾਂ ਕੁਛ, ਕੁੜੀ ਨੇ ਠੱਗੀ ਕੀਤੀ ਹੋਣੀ ਇੱਥੇ ਆ ਕੇ ਬਾਅਦ 'ਚ ਮੁੱਕਰ ਗਈ। ਅਤੇ ਸੋਸ਼ਲ ਮੀਡੀਆ 'ਤੇ ਉਹ ਵਿੱਚੋਂ ਲੋਕਾਂ ਨੂੰ ਬਹੁਤਿਆਂ ਨੂੰ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ। ਹਾਂਜੀ ਹਾਂਜੀ, ਜੋ ਕੁਛ ਗੱਲਾਂ ਸੁਣਦੇ ਸੁਣਾਉਂਦੇ ਨੇ ਉਹ ਕਹੀ ਜਾਂਦੇ ਨੇ, ਸੋਸ਼ਲ ਮੀਡੀਆ 'ਤੇ ਪਾਈ ਜਾਂਦੇ ਨੇ। ਹੁਣ ਕੀ ਪਤਾ ਵੀ ਉਹ ਮੁੰਡੇ ਮੁੰਡਾ ਵਿਗੜਿਆ ਹੋਇਆ ਮੁੰਡਾ ਹੋਵੇ ਜਾਂ ਮੁੰਡੇ ਦੀਆਂ ਆਦਤਾਂ ਕੀ ਨੇ, ਕੀ ਨਸ਼ੇ ਕਰਦਾ ਹੋਵੇ ਜਾਂ ਕੁੜੀ ਨੂੰ ਨਾ ਚੰਗਾ ਲੱਗਿਆ ਹੋਵੇ, ਜ਼ਬਰਦਸਤੀ ਇੱਧਰੋਂ ਕੁੜੀ ਵਾਲਿਆਂ ਨੇ ਰਿਸ਼ਤਾ ਕਰਤਾ ਕੁੜੀ ਦਾ। ਅਤੇ ਇੱਥੇ ਤੁਹਾਨੂੰ ਪਤਾ ਵੀ ਕੁੜੀਆਂ ਕਾਫੀ ਸਮਾਰਟ ਨੇ। ਹਾਂਜੀ ਹਾਂਜੀ, ਹਰ ਫੀਲਡ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ। ਕੈਨੇਡਾ ਦੇ ਵਿੱਚ ਇਹ ਵੀ ਮੈਨੂੰ ਦੇਖਣ ਸੁਣਨ ਦੇ ਵਿੱਚ ਆਇਆ ਸੀ ਵੀ ਕੁੜੀਆਂ ਨੂੰ ਜੇ ਇਕੱਲੀਆਂ ਕੁੜੀਆਂ ਰਹਿੰਦੀਆਂ ਨੇ ਤਾਂ ਲੋਕ ਕਿਰਾਏ 'ਤੇ ਕਮਰਾ ਨਹੀਂ ਦਿੰਦੇ। ਕਈ ਕਈ ਵਾਰੀ ਉਹ ਇਮੇਜ ਇਹੋ ਜਿਹੀ ਬਣੀ ਹੈ ਕੁੜੀਆਂ ਮਤਲਬ ਖੱਪ ਜ਼ਿਆਦਾ ਕਰਦੀਆਂ 'ਚ। ਸਾਡੇ ਲੋਕ ਹਾਂਜੀ, ਸਾਡੇ ਲੋਕ ਜਿਹੜੇ ਗੋਰੇ ਨੇ ਉਹ ਇੱਦਾਂ ਨਹੀਂ ਕਰਦੇ। ਹਾਂਜੀ, ਉਹ ਨਹੀਂ ਇੱਦਾਂ ਕਰਦੇ, ਉਹ ਕਮਰਾ ਕਿਰਾਏ ਦੇਣ ਗਿਆ ਚਾਹੇ ਇਕੱਲਾ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਉਹ ਤਾਂ ਬਣ ਕੇ ਖੁਸ਼ ਹੁੰਦੇ ਨੇ ਬਈ ਸਿੰਗਲ ਕੋਈ ਆਇਆ। ਸਾਡੇ ਲੋਕ ਇਹ ਤਾਂ ਜੇ ਹੁਣ ਤੁਸੀਂ ਦੇਖੋ ਜੇ ਇਕੱਲੀ ਔਰਤ ਵਿਚਾਰੀ ਕਿਤੇ ਆਪਣੇ ਬੱਚਿਆਂ ਨਾਲ ਰਹਿੰਦੀ ਆ ਜਾਂ ਉਹਦੇ ਹਸਬੈਂਡ ਨੂੰ ਕੁਛ ਹੋ ਗਿਆ ਜਾਂ ਹਸਬੈਂਡ ਛੱਡ ਕੇ ਚਲਿਆ ਗਿਆ, ਉਹਦੇ ਬਦਲੀ ਘੂਰ ਘੂਰ ਝਾਕੀ ਜਾਣਗੇ ਵੀ ਦੱਸੋ ਤੁਹਾਨੂੰ ਕੀ ਪ੍ਰੋਬਲਮ ਆ। ਆਪਾਂ ਇਹ ਕੀਤਾ ਸੀ ਪਿਛਲੇ ਹਫ਼ਤੇ ਅਤੇ ਵਾਕਈ ਤਾਂ ਅੱਛਾ ਤੀਰਥ ਵੇਖੇ ਦੇ 'ਚ ਸਵਾਲ ਇਹ ਉੱਠਦਾ ਸੀ, ਤੁਹਾਨੂੰ ਕੈਨੇਡਾ ਦੇ ਕਾਨੂੰਨ ਜ਼ਿਆਦਾ ਪਤਾ ਹੋਣਗੇ ਵੀ ਜੇ ਚਲੋ ਉਹਨੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਹੋ ਗਿਆ ਹਵਾ ਗਿਆ, ਜਦ ਤੱਕ ਇਹ ਕੁੜੀ ਨੂੰ ਕਿਸ ਵਿਹਾਫ ਤੇ ਡਿਵੋਟ ਕਰ ਸਕਦੀ ਕੈਨੇਡਾ ਗਵਰਨਮੈਂਟ ਜਾਂ ਕੈਨੇਡਾ ਕਾਨੂੰਨ? ਉਹ ਬੜਾ ਰੌਲਾ ਪਿਆ ਸੀ, ਰਿਪੋਰਟ ਹੋਏਗੀ, ਲੋਕੀ ਤਾੜੀਆਂ ਮਾਰਦੇ ਸੀ, ਲੈ ਵੀ ਲੈ ਹੋਣੀ ਚਾਹੀਦੀ ਆ, ਜੇ ਹੋਣਾ ਚਾਹੀਦਾ ਵੋ ਹੋਣਾ ਚਾਹੀਦਾ। ਲੋਕ ਤਾਂ ਇੱਦਾਂ ਸਮਝਦੇ ਆ ਵੀ ਕੈਨੇਡਾ ਦਾ ਜਿਹੜਾ ਕਾਨੂੰਨ ਆ ਨਾ ਲੋਕਾਂ ਦੇ ਹੱਥ ਵਿੱਚ ਆ। ਹਾਂਜੀ, ਹੁਣ ਕੋਈ ਇਹ ਪ੍ਰੂਫ ਕਰਨਾ ਇੰਨਾ ਆਸਾਨ ਨਹੀਂ ਹੈਗਾ ਜੀ। ਜੇ ਤਾਂ ਕੁੜੀ ਕੈਨੇਡੀਅਨ ਸਿਟੀਜ਼ਨ ਹੋਈ ਫਿਰ ਤਾਂ ਕੋਈ ਨਹੀਂ ਉਹਨੂੰ ਰਿਪੋਰਟ ਕਰ ਸਕਦਾ। ਹਾਂਜੀ, ਇਹ ਦੇਖੋ ਇਹੀ ਤਾਂ ਚੀਜ਼ਾਂ ਸਮਝ ਆਈਆਂ ਵੀ ਇਹਦੇ 'ਚ ਅਸਲ 'ਚ ਮੈਂ ਵੀ ਇਹੀ ਚਾਹੁੰਦਾ ਸੀ ਜਾਣਕਾਰੀ ਕੋਈ ਪੁਖਤਾ ਜਿਹੜੀ ਮਿਲਦੀ ਸਾਨੂੰ ਅਤੇ ਅਸੀਂ ਉਹ ਸਾਂਝੀ ਕਰੀਏ। ਮੈਂ ਕੋਸ਼ਿਸ਼ ਵੀ ਕੀਤੀ ਅਤੇ ਕਰਕੇ ਪ੍ਰੋਪਰ ਜਾਣਕਾਰੀ ਸੀ ਨਹੀਂ ਕੋਈ ਮਿਲੀ ਵੀ ਇਹਦੇ 'ਚ ਅਸਲ ਕਹਾਣੀ ਕੀ ਹੈ। ਜੇ ਤਾਂ ਸਿਟੀਜ਼ਨ ਹੋਈ ਕੁੜੀ ਇੱਥੋਂ ਦੀ ਬੋਰਨ ਹੋਈ ਜਾਂ ਬਾਅਦ ਦੇ ਵਿੱਚ ਆ ਕੇ ਸਿਟੀਜ਼ਨਸ਼ਿਪ ਲੈ ਲਈ ਜੇ ਉੱਥੋਂ ਜੰਮ ਪੜ ਕੇ ਆਈ ਹੋਵੇ ਤਾਂ ਫਿਰ ਤਾਂ ਕੋਈ ਵੀ ਸਰਕਾਰ ਉਹਨੂੰ ਡਿਪੋਰਟ ਨਹੀਂ ਕਰ ਸਕਦੀ। ਹਾਂ, ਜੇ ਕੋਈ ਪ੍ਰੂਫ ਹੋ ਜਾਵੇ ਤਾਂ ਫਿਰ ਕਿਤੇ ਜਾ ਕੇ ਉਹਨੂੰ ਸਜ਼ਾ ਹੋ ਸਕਦੀ ਆ, ਪਰ ਰਿਪੋਰਟ ਨਹੀਂ ਕਰ ਸਕਦੇ। ਪਰ ਦੇਖਣਾ ਇਹ ਆ ਵੀ ਉਹ ਉੱਧਰ ਸੁਸਾਈਡ ਕਿਸ ਤਰ੍ਹਾਂ ਹੋ ਰਹੀ ਉਹਦੀ। ਹਾਂਜੀ, ਕਿਉਂਕਿ ਇਹ ਆਪਣੀ ਫੈਸਲੇ ਕਰੀ ਜਾਂਦੇ ਨੇ ਲੋਕੀ ਅਦਾਲਤਾਂ 'ਚ। ਮੈਂ ਤਾਂ ਇੱਥੇ ਬੜੇ ਕੇਸ ਦੇਖੇ ਨੇ, ਮੁੰਡੇ ਵੀ ਜਾ ਕੇ ਠੱਗੀਆਂ ਮਾਰਦੇ ਨੇ, ਕੁੜੀਆਂ ਵੀ। ਹਾਂਜੀ, ਅੱਛਾ ਨਹੀਂ ਆਪਾਂ ਜਿਹੜੀ ਗੱਲ ਕਰਦੇ ਸੀ ਜਿੱਦਾਂ ਅਸੀਂ ਇੱਕ ਵਾਰੀ ਪਹਿਲਾਂ ਗੱਲ ਕੀਤੀ ਸੀ ਵੀ ਏਜੰਟ ਨੂੰ ਜੀ ਮੇਰਾ 20 ਲੱਖ ਰੁਪਇਆ ਏਜੰਟ ਮਾਰ ਗਿਆ, ਮੈਨੂੰ ਬਾਹਰ ਨਹੀਂ ਭੇਜਿਆ ਅਤੇ ਉੱਥੇ ਭੇਜਿਆ, ਅਤੇ ਫਿਰ ਉਹ ਅਸੀਂ ਪੁਲਿਸ ਕੋਲ ਜਾਂਦੇ ਵੀ ਇਹਨੇ ਮਾਰਿਆ, ਚਲੋ ਪੁਲਿਸ ਕੇਸ ਕੂਸ ਦਰਜ ਕਰ ਲੈਂਦੀ ਹੈ, ਅਤੇ ਉੱਥੇ ਇਹ ਇਹਦੇ 'ਚ ਕੋਈ ਬਣਦਾ? ਵੈਸੇ ਅਗਲਾ ਕਹਿੰਦਾ ਵੀ ਜਦੋਂ ਤੁਸੀਂ ਪੈਸੇ ਦਿੱਤੇ ਆ ਜਾਂ ਤਾਂ ਉਦੋਂ ਵੀ ਪੁਲਿਸ ਨੂੰ ਇਨਵੋਲਵ ਰੱਖੋ ਜਾਂ ਉਦੋਂ ਵੀ ਕਿਸੇ ਨੂੰ ਪੁੱਛੋ, ਉਦੋਂ ਵੀ ਮਹਿਕਮੇ ਨਾਲ ਗੱਲ ਕਰੋ, ਅਤੇ ਜਾਂ ਇੱਦਾਂ ਦੀ ਵੀ ਜੇ ਗੱਲ ਕਰੀਏ, ਇੱਦਾਂ ਦੀ ਵੀ ਜੇ ਗੱਲ ਕਰੀਏ, ਕਹਿ ਦਈਏ ਜੀ ਵੀ ਕੁੜੀ ਉੱਥੇ ਆਈ ਇੰਡੀਆ ਜਾਂ ਮੁੰਡਾ ਇੰਡੀਆ ਆਇਆ ਜੀ, ਉਹ ਤਾਂ 50 ਲੱਖ ਸਾਡੇ ਕੋਲ ਠੱਗੀ ਮਾਰ ਕੇ ਚਲ ਗਿਆ, ਅਤੇ ਉਹਦੇ ਪਿੱਛੇ ਕੋਈ ਬਣਦਾ ਉਹਦੇ ਲੌਜਿਕ? ਜਾਂ ਉਹਨਾਂ ਨੂੰ ਜਿਹਨਾਂ ਨੇ ਪੈਸੇ ਦਿੱਤੇ ਆ ਉਹਨਾਂ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਨਾ? ਹਾਂਜੀ, ਦੇਖੋ ਜੇ ਇੱਕ ਪਾਸੇ ਬੰਦਾ ਕੋਈ ਪੈਸੇ ਦਿੰਦੇ ਨੇ ਤਾਂ ਹੀ ਏਜੰਟ ਪੈਸੇ ਲੈਂਦਾ। ਹੁਣ ਕਈ ਵਾਰੀ ਖਬਰਾਂ ਇਹ ਵੀ ਆਉਂਦੀਆਂ ਨੇ ਜੀ ਏਜੰਟ ਫੜ ਲਿਆ, ਉਸ ਤੋਂ ਬਾਅਦ ਕਦੇ ਕੋਈ ਖਬਰ ਨਹੀਂ ਆਈ ਵੀ ਏਜੰਟ ਨੂੰ ਕੋਈ ਸਜ਼ਾ ਵੀ ਹੋਈ ਆ। ਨਹੀਂ, ਇਹ ਸਾਡੇ ਵੀ ਅਸੀਂ ਉਦੋਂ ਅਸੀਂ ਗਏ ਜਦੋਂ ਪੁਲਿਸ ਕੋਲ, ਸਾਡੇ ਵੀ ਇੱਕ ਕੇਸ ਹੋਇਆ ਸੀਗਾ ਉੱਥੇ ਰਿਸ਼ਤੇਦਾਰੀ ਦਾ, ਅਤੇ ਉਹਦੇ ਪਿੱਛੇ ਅਸਲ 'ਚ ਏਜੰਟਾਂ ਪਿੱਛੇ ਤਾਂ ਪੋਲੀਟੀਕਲ ਲੀਡਰ ਨੇ ਸਾਰੇ। ਹਾਂਜੀ, ਏਜੰਟਾਂ ਪਿੱਛੇ ਪੋਲੀਟੀਕਲ ਲੀਡਰ ਨੇ ਸਾਡੇ। ਉਹਨੇ ਇੰਸਪੈਕਟਰ ਨੇ ਦੱਸੀ ਗੱਲ ਵੀ ਤੁਹਾਡਾ ਕੰਮ ਨਹੀਂ ਹੋਣਾ, ਕਿਉਂਕਿ SSB ਸਾਹਿਬ ਨੂੰ ਫਲਾਣੇ ਲੀਡਰ ਨੇ ਕਿਹਾ ਵੀ ਮੇਰਾ ਯਾਰ ਵਰਕਰ ਆ ਇਹ, ਅਤੇ ਇਹਨੂੰ ਸਮਝੌਤਾ ਕਰਾ ਦੇ ਦਿਆ। ਅਤੇ ਇਹ ਪੈਸਾ ਉਹ ਲੈਂਦੇ ਨੇ ਅੱਗੇ ਜਾ ਕੇ, ਫਿਰ ਉਹ ਫਿਰ ਲੀਡਰਾਂ ਨੂੰ ਵੀ ਦਿੰਦੇ ਨੇ, ਉਹ ਜਿਹੜਾ ਸਾਰਾ ਸਿਸਟਮ ਹੀ ਵਿਗੜਿਆ ਪਿਆ। ਅਸੀਂ ਧੀਰ ਸਾਹਿਬ ਗੱਲ ਫਿਰ ਉਹੀ ਆ ਗਈ ਅਖੀਰ ਦੇ ਵਿੱਚ, ਆਪਾਂ ਗੱਲ ਕਰਦੇ ਵੀ ਇਹ ਚੀਜ਼ਾਂ ਦਾ ਪਤਾ ਕਿਵੇਂ ਲੱਗ ਸਕਦਾ, ਕਿਵੇਂ ਅਵੇਅਰ ਰਹਿ ਸਕਦੇ, ਜਾਂ ਕਿ ਜਾਂ ਸਾਡੇ 'ਚ ਬਾਹਰਲੇ ਮੁਲਕਾਂ ਦੇ ਵਿੱਚ ਆਉਣ ਦੀ ਤਮੰਨਾ ਹੀ ਇੰਨੀ ਜ਼ਿਆਦਾ ਹੋ ਗਈ ਵੀ ਅਸੀਂ ਮੁੜ ਕੇ ਫਿਰ ਦੇਖਦੇ ਹੀ ਨਹੀਂ ਬੰਦਾ ਸਹੀ ਆ ਕਿ ਗਲਤ ਆ ਜਿਹਨੂੰ ਅਸੀਂ ਪੈਸੇ ਦੇ ਰਹੇ ਹਾਂ, ਅਤੇ ਇਹਦਾ ਕੀ ਕੋਈ ਹੱਲ ਲੱਗਦਾ ਸਾਡੀ ਕਮਿਊਨਿਟੀ ਦੇ ਵਿੱਚ?
ਇੱਕ ਤਾਂ ਜੀ ਦੇਖੋ ਸਾਡੇ ਲੋਕਾਂ ਵਿੱਚ ਜਿਹੜੇ ਪੈਸੇ ਦੀ ਜਿਹੜੀ ਹੈਗੀਆਂ ਹੋੜ ਲੱਗੀ ਵੀ ਇੱਥੇ ਸਾਡਾ ਮੁੰਡਾ ਕੁੜੀ ਹੈਗਾ ਉੱਥੇ ਇੰਡੀਆ ਜਾ ਕੇ 30-40 ਲੱਖ ਰੁਪਇਆ ਲੈ ਲਓ ਆਪਣੇ ਕੋਠੇ ਭਰ ਲਓ ਦਾਜ ਦੇ ਨਾਲ, ਇੱਕ ਤਾਂ ਇਹ ਆ। ਦੂਜਾ ਜਿਹੜਾ ਉੱਥੇ ਗੌਰਮੈਂਟ ਕੁਛ ਵੀ ਨਹੀਂ ਕਰ ਰਹੀ, ਸਰਕਾਰਾਂ ਹੁਣ ਉੱਥੇ ਇਲੈਕਸ਼ਨ ਨੇ ਕੋਈ ਲੋਕਾਂ ਦੀ ਗੱਲ ਨਹੀਂ ਕਰਦੇ, ਉਹਨਾਂ ਨੂੰ ਆਪਣੇ ਇਲੈਕਸ਼ਨ ਜਿੱਤਣ ਦੀ ਪਈ ਆ। ਜੇ ਉੱਥੇ ਸਰਕਾਰਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ, ਨੌਕਰੀਆਂ ਦੇਣ, ਕੰਮ ਕਾਰ ਕੋਈ ਲੱਭਣ ਉਹਨਾਂ ਵਾਸਤੇ, ਤਾਂ ਉਹ ਬਹੁਤੇ ਮੁੰਡੇ ਉਹ ਜਿਹਨਾਂ ਨੇ ਆਪਣੇ ਘਰ ਛੱਡ ਕੇ ਜਾਣਾ ਉਹਨਾਂ ਨੂੰ ਚੰਗੀ ਨੌਕਰੀ ਲੱਗੀ ਹੋਵੇ ਤਾਂ ਕਿਉਂ ਇੱਥੇ ਆਉਣ? ਨਹੀਂ ਅਸੀਂ ਵੀ ਬਹੁਤੇ ਕਿਸੇ ਇਲਾਕਾ 'ਚ ਆਏ ਹਾਂ ਇੱਥੇ। ਨਹੀਂ ਆਉਣ ਵਾਲਾ ਸਮਾਂ ਕੀ ਹੋਏਗਾ ਫਿਰ ਰਿਸ਼ਤਿਆਂ ਦੀ ਜੇ ਗੱਲ ਕਰੀਏ, ਮੁੰਡੇ ਕੁੜੀ ਦੇ ਵਿਆਹਾਂ ਦੀ ਗੱਲ ਕਰੀਏ, ਅਤੇ ਆਉਣ ਵਾਲੇ 5-10 ਸਾਲ ਬਾਅਦ ਕੀ ਮਾਹੌਲ ਹੋਏਗਾ, ਕੀ ਦੁਬਾਰਾ ਫਿਰ ਉਹੀ ਕੰਮ ਸ਼ੁਰੂ ਹੋਣਗੇ, ਕਿਸੇ ਨਾ ਕਿਸੇ ਤਰੀਕੇ ਵਿਸ਼ਵਾਸ ਬਣੂਗਾ, ਜਾਂ ਇਹ ਗੈਪ ਜਿਹੜਾ ਉਹ ਵੱਧਦਾ ਜਾਊਗਾ ਸਾਡਾ ਆਪਸ ਦੇ ਵਿੱਚ? ਇਹ ਤਾਂ ਜੀ ਗੈਪ ਵਧੀ ਜਾਣਾ, ਕਿਉਂਕਿ ਲੋਕ ਇੱਧਰ ਨੂੰ ਆ ਰਹੇ ਨੇ, ਅਗਲੇ ਕਹਿੰਦੇ ਆ ਉਸ ਦੇਸ਼ ਦਾ ਤਾਂ ਬੇੜਾ ਹੀ ਗਰਕ ਹੋਇਆ ਪਿਆ, ਵੀ ਕਿਸੇ ਨਾ ਕਿਸੇ ਤਰੀਕੇ ਅਸੀਂ ਨਿਕਲਣ ਦੀ ਕੋਸ਼ਿਸ਼ ਕਰੀਏ ਇੱਥੋਂ, ਕਿਉਂਕਿ ਉੱਥੇ ਲੋਕਾਂ ਨੂੰ ਉੱਥੇ ਦੀਆਂ ਸਰਕਾਰਾਂ 'ਤੇ ਕੋਈ ਇਤਬਾਰ ਨਹੀਂ ਰਿਹਾ। ਸਰਕਾਰਾਂ ਉੱਥੇ ਵਾਅਦੇ ਕਰਦੀਆਂ ਨੇ, ਬਾਅਦ ਦੇ ਵਿੱਚ ਤੂੰ ਕੌਣ ਅਤੇ ਮੈਂ ਕੌਣ, ਅਤੇ ਇਸ ਕਰਕੇ ਲੋਕਾਂ ਨੇ ਸੋਚਿਆ ਵੀ ਹੁਣ ਇਸ ਦੇਸ਼ ਨੂੰ ਛੱਡੀ ਦਿਓ, ਆਪਣਾ ਕਿਤੇ ਹੋਰ ਜਾ ਕੇ ਰੁਜ਼ਗਾਰ ਕਰੋ। ਸਾਡੇ ਤਾਂ ਲੋਕ ਦੁਨੀਆਂ ਦੇ ਹਰੇਕ ਦੇਸ਼ 'ਚ ਵੀ ਜਾਣ ਨੂੰ ਬੈਠੇ ਨੇ, ਚਾਹੇ ਕੋਈ ਵੀ ਜਗ੍ਹਾ ਮਿਲ ਜਾਵੇ ਕਿਤੇ, ਬਿਲਕੁਲ, ਚਾਹੇ ਕਿਸੇ ਵੀ ਦੇਸ਼ ਦੇ ਵਿੱਚ, ਕੋਈ ਜਰਮਨੀ, ਕੋਈ ਫਰਾਂਸ, ਕੋਈ ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਹੋਰ ਦੇਸ਼ਾਂ। ਹੁਣ ਕਿਉਂ ਉੱਥੋਂ ਜਾਣ 'ਤੇ ਜਹਾਜ਼ ਚੜ੍ਹਾਉਂਦੇ ਨੇ ਵਿਚਾਰੇ? ਕਈ ਮੁੰਡੇ ਤੁਸੀਂ ਦੇਖੋ ਆਪਣੇ ਅਮਰੀਕਾ ਅਮੈਰੀਕਾ ਦਾ ਬਾਰਡਰ ਕ੍ਰੋਸ ਕਰਨ ਨੂੰ ਵੀ ਮੈਕਸੀਕੋ ਦੇ ਬਾਰਡਰ 'ਤੇ ਮਾਰੇ ਜਾਂਦੇ ਨੇ ਜਾਂ ਉਸ ਜੰਗਲਾਂ ਵਿੱਚ ਮਰ ਜਾਂਦੇ ਨੇ। ਕਿੰਨਾ ਕੁਛ ਹੁੰਦਾ, ਕੋਈ ਸਮੁੰਦਰ ਵਿੱਚ ਡੁੱਬ ਕੇ ਮਰ ਜਾਂਦਾ, ਆਹ ਹਾਲ ਤਾਂ ਸਾਡੀ ਕੌਮ ਦਾ ਹੋਇਆ ਆ। ਅਸੀਂ ਲਾਸ ਵੇਗਾਸ ਗਏ ਜੀ, ਉੱਥੇ ਕੋਈ ਬੰਦਾ ਮਿਲਿਆ ਅਤੇ ਉਹਨੇ ਆਪਦੀ ਜਦੋਂ ਸਟੋਰੀ ਦੱਸੀ ਤਾਂ ਅਸੀਂ ਸੁਣ ਕੇ ਹਿੱਲ ਗਏ। ਉਹ ਕਹਿੰਦਾ ਜੀ ਸਾਡੇ ਤਾਂ ਕੱਪੜੇ ਜਿਹੜੇ ਸੀ ਉਹ ਸਰੀਰ ਨਾਲ ਜੁੜ ਗਏ ਸੀ, ਕਈ ਕਈ ਦਿਨ ਮਹੀਨੇ 3-3 ਮਹੀਨੇ ਨਹਾਤੇ ਹੀ ਨਹੀਂ ਸੀ, ਅਤੇ ਉਹ ਗਰਮ ਪਾਣੀ ਕਰਕੇ ਅਤੇ ਫੇਰ ਕੱਪੜੇ ਸਾਡੇ ਸਰੀਰ ਨੂੰ ਉਹ ਲਾਏ ਅਸੀਂ, ਅਤੇ ਰਸਤੇ ਦੇ ਵਿੱਚ ਜਿਹੜਾ ਕੋਈ ਮਾਠ ਮਾਰ ਹੋ ਜਾਂਦਾ ਜੀ, ਕੋਈ ਤੁਰ ਨਹੀਂ ਹੁੰਦਾ ਸੀ, ਅਤੇ ਉਹਨੂੰ ਏਜੰਟ ਦਾਤਰ ਦੇ ਨਾਲ ਉਹਦੇ ਗਾਟਾ ਉਹ ਮਾਰ ਕੇ ਅਤੇ ਮਾਰ ਦਿੰਦੇ ਸੀ ਉੱਥੇ। ਮੈਨੂੰ ਇੱਕ ਇੱਥੇ ਬੰਦਾ ਮੈਨੂੰ ਮਿਲਿਆ ਸੀ, ਸਾਡੇ ਨਾਲ ਕੰਮ ਵੀ ਕਰਦਾ ਰਿਹਾ, ਬਾਅਦ ਦੇ ਵਿੱਚ ਉਹਨੇ ਮੈਕਸੀਕੋ ਤੋਂ ਜਦੋਂ ਰਾਤ ਨੂੰ ਬਾਰਡਰ ਕ੍ਰੋਸ ਕੀਤਾ, ਉਹਨੇ ਆਪਣੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਨੇ ਦਿਖਾਈਆਂ, ਮੈਕਸੀਕੋ ਦੀ ਪੁਲਿਸ ਨੇ ਗੋਲੀਆਂ ਚਲਾਈਆਂ, ਗੋਲੀਆਂ ਲੱਗੀਆਂ ਨੇ ਦਿਖਾਈਆਂ, ਤੇ ਉਹ ਫਿਰ ਕਾਫੀ ਚਿਰ ਆ ਕੇ ਇੱਧਰ ਅਮੈਰੀਕਾ 'ਚ ਹੋਸਪਿਟਲ 'ਚ ਵੀ ਰਿਹਾ ਤੇ ਇਲਾਜ ਇਲੂਜ ਕਰਾਇਆ, ਫਿਰ ਉਹ ਇੱਥੇ ਆ ਕੇ ਕੈਨੇਡਾ ਟੋਰਾਂਟੋ ਆ ਕੇ ਬਸਿਆ ਸੀ। ਬਹੁਤ ਜੀ ਲੋਕੀ ਕਈ ਕਈ ਮਹੀਨੇ ਰਸਤੇ ਦੇ ਵਿੱਚ, ਕੋਈ ਸੈਰ ਨਹੀਂ, ਹੁਣ ਤਾਂ ਚਲੋ ਪਤਾ ਲੱਗ ਜਾਂਦਾ, ਬੜੀਆਂ ਵੀਡੀਓ ਆਉਂਦੀਆਂ। ਚਲੋ ਪਰਮਾਤਮਾ ਭਲੀ ਕਰੇ ਜੀ, ਤੁਹਾਡਾ ਬਹੁਤ ਧੰਨਵਾਦ। ਹਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਗੱਲ ਅਸਲ 'ਚ ਬਾਹਰਲੇ ਮੁਲਕਾਂ ਨੂੰ ਆਉਣ ਦੀ ਤਮੰਨਾ ਜਿਹੜੀ, ਅਸੀਂ ਵੀ ਖੈਰ ਬਾਹਰਲੇ ਮੁਲਕਾਂ ਦੇ ਵਿੱਚ ਆਏ ਹਾਂ, ਬਹੁਤ ਸਾਰੇ ਲੋਕ ਸਹੀ ਵੀ ਨੇ, ਬਹੁਤ ਸਾਰੇ ਲੋਕ ਗਲਤ ਵੀ ਨੇ, ਪਰ ਐਸੀ ਗੱਲ ਨਹੀਂ, ਸਹੀ ਵੀ ਬਹੁਤ ਨੇ। ਰਿਸ਼ਤਿਆਂ ਦੀ ਗੱਲ ਕਰੀਏ, ਰਿਸ਼ਤੇ ਉਹ ਪੰਜਾਬੀਆਂ ਦੇ ਪੰਜਾਬੀਆਂ 'ਚ ਹੀ ਹੋਣੇ ਜ਼ਿਆਦਾਤਰ, ਬਹੁਤ 1-1% ਛੱਡ ਕੇ, ਤਾਂ ਰਿਸ਼ਤਿਆਂ ਦਾ ਵਿਸ਼ਵਾਸ ਤਾਂ ਹੀ ਬਣ ਪਾਏਗਾ ਜੇ ਅਸੀਂ ਆਹ ਚੀਜ਼ਾਂ ਜਿਹੜੀਆਂ ਉਹ ਸਾਡੇ ਵਿੱਚੋਂ ਖਤਮ ਹੋਣਗੀਆਂ। ਇੱਧਰਲੇ ਮੁਲਕਾਂ ਦੇ ਵਿੱਚ ਕਈ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ ਉਹ ਬਲੈਂਕ ਚੈੱਕ ਸਮਝਦੇ ਨੇ, ਬਲੈਂਕ ਚੈੱਕ ਹੈ ਸਾਡੇ ਕੋਲ, ਇਹਨੂੰ ਅਸੀਂ ਜਿੰਨੇ ਮਰਜ਼ੀ ਇਹ 'ਚ ਭਰ ਲਈਏ ਤਾਂ ਉਨੇ ਸਾਨੂੰ ਮਿਲ ਜਾਣੇ ਆ। ਜਦੋਂ ਬਲੈਂਕ ਚੈੱਕ ਲੈ ਕੇ ਆਉਂਦੇ ਹਾਂ ਤਾਂ ਫਿਰ ਅਗਲਾ ਜਿਹੜਾ ਪੈਸੇ ਦਿੰਦਾ ਤਾਂ ਉਹ ਵੀ ਫਿਰ ਦਰਾ ਕਹਿੰਦਾ ਵੀ ਭਾਈ ਹੁਣ ਜਿਹੜਾ ਕੋਈ DSP SP ਭਰਤੀ ਹੋਇਆ, ਜਿਹੜਾ 2 ਕਰੋੜ ਦੇ ਕੇ ਭਰਤੀ ਹੋਇਆ, ਤਾਂ ਉਹਨੇ ਗਾਹਾਂ ਪੂਰੇ ਹੀ ਕਰਨੇ ਆ, ਅਤੇ ਉਹ ਵੀ ਫਿਰ ਅਗਲਾ ਵੀ ਇੱਧਰ ਆ ਕੇ ਕਹਿੰਦਾ ਵੀ ਹੁਣ ਮੈਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦਿਓ, ਮੈਨੂੰ ਹੁਣ ਕਿਸੇ ਤੋਂ ਗਾਹਾਂ, ਮੈਂ ਪੇਪਰ ਬਣ ਗਿਆ, ਤੂੰ ਭਾਈ ਤਲਾਕ ਦੇ ਤਾਂ ਮੈਂ ਹੁਣ ਗਾਹਾਂ ਅਤੇ ਕਿਸੇ ਕੋਲ ਲੈ ਕੇ ਪੂਰੇ ਕਰਾਂ ਆਪਣੇ ਇਹ ਹੀ। ਸੋ ਇਹ ਬਾਹਰਲੇ ਮੁਲਕਾਂ ਦੀ ਆਉਣ ਦੀ ਜਿਹੜੀ ਤਮੰਨਾ ਹੈਗੀ, ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈਗਾ। ਅਸੀਂ 2007 ਦੇ ਵਿੱਚ ਆਏ ਸੀ ਇੱਥੇ ਕਿਤੇ ਪ੍ਰੋਗਰਾਮ ਕਰਨ, ਅਤੇ ਉਦੋਂ ਜਿਹੜੇ ਦੋਸਤ ਘਰ ਠਹਿਰੇ ਅਤੇ ਉਹਦੇ ਘਰ 2 ਮੁੰਡੇ ਹੋਰ ਰਹਿੰਦੇ ਸੀਗੇ, ਕਿਰਾਏ ਕੁਰੇ 'ਤੇ ਹੋਣੇ ਜਾਂ ਜਾਣ ਪਛਾਣ 'ਤੇ ਹੋਣੇ ਆ। ਮਿਲੇ ਗਿਲੇ ਅਤੇ ਉਹਨੇ ਤੜਕੇ 4 ਵਜੇ ਇੱਥੋਂ ਦੇ ਕੈਲੀਫੋਰਨੀਆ ਦੇ, ਅਤੇ ਉਹ ਰੋਣ ਦੀ ਆਵਾਜ਼ ਆਵੇ ਨਾਲ ਦੇ ਕਮਰੇ 'ਚ, ਤਾਂ ਅਸੀਂ ਉਹਨੂੰ ਪੁੱਛਿਆ ਮੁੰਡੇ ਨੂੰ ਵੀ ਤੁਹਾਡੇ ਰੋਣ ਦੀ ਆਵਾਜ਼ ਆਉਂਦੀ, ਇੱਥੇ ਤਾਂ ਹੁਣ ਸਾਹ ਵੀ ਲਵੇ ਤਾਂ ਬੰਦਾ ਦੂਏ ਘਰ ਸੁਣ ਪੈਂਦਾ, ਨਾਲ ਦੇ ਕਮਰੇ ਸੁਣ ਪੈਂਦਾ, ਲੱਕੜ ਦੇ ਸਮਾਨ ਹੈਗਾ ਸਾਰਾ ਕੁਝ, ਅਤੇ ਉਹ ਕਹਿੰਦਾ ਵੀ ਨਹੀਂ ਉਹ ਮੁੰਡਾ ਫਲਾਣਾ ਉਹ ਰੋਂਦਾ, ਵੀ ਕਹਿੰਦਾ ਪਤਾ ਕਰ ਲਓ ਵੀ ਠੀਕ ਠੂਕ ਨਾ ਹੋਵੇ ਕੀ, ਪੜ੍ਹਨੇ ਨਹੀਂ, ਕਹਿੰਦਾ ਠੀਕ ਹੈ ਉਹ ਸਾਰਾ ਕੁਝ ਠੀਕ ਹੈ। ਅਤੇ ਅਸਲ 'ਚ ਅੱਜ ਉਹਦੀ ਭੈਣ ਦਾ ਵਿਆਹ ਹੋ ਰਿਹਾ ਇੰਡੀਆ, ਹੁਣ ਸ਼ਾਮ ਪੈ ਗਈ ਹੈ, 4-5 ਵੱਜ ਗਏ ਸ਼ਾਮ ਦੇ, ਅਤੇ ਉਹਦੀ ਡੋਲੀ ਡੋਲੀ ਤੁਰਨ ਦਾ ਟਾਈਮ ਹੋਇਆ, ਤਾਂ ਇਹ ਉਹ ਚੀਜ਼ ਨੂੰ ਯਾਦ ਕਰਕੇ ਰੋਂਦਾ। ਫਿਰ ਉਹਨੇ ਆਪਦੀ ਕਹਾਣੀ ਦੱਸੀ ਵੀ 22 ਦਿਨ ਅਸੀਂ ਮੈਕਸੀਕੋ ਤੋਂ ਇੱਕ ਕਿਸ਼ਤੀ ਸੀ ਜਿਹ 'ਚ 5-6 ਜਾਣੇ ਸੀ, ਪੂਰੇ ਖੜ੍ਹੇ ਮਸੀਂ ਹੋ ਸਕਦੇ ਸੀ,
ਬਹਿਣ ਦੀ ਗੱਲ ਦੂਰ ਆ। ਓਡੀ ਕਿਸ਼ਤੀ ਦੇ ਵਿੱਚ 22 ਦਿਨ ਸਮੁੰਦਰ ਦੇ ਵਿੱਚ ਰਹੇ ਹਾਂ, ਬ੍ਰੈਡ ਬਰੂਡ ਸਾਨੂੰ ਕੋਈ ਮਿਲ ਜਾਂਦਾ ਸੀ ਖਾਣ ਨੂੰ ਮਾੜਾ ਮੋਟਾ ਤਾਂ ਉਹ ਖਾਈਦਾ ਸੀ, ਅਤੇ 22 ਦਿਨ ਬਾਅਦ ਉਹਨੇ ਲਾ ਕੇ ਸਾਨੂੰ ਕਹਿਤਾ ਵੀ ਉਹ ਭਾਈ ਸਾਹਮਣੇ ਅਮਰੀਕਾ ਦੀਆਂ ਲਾਈਟਾਂ ਜਿਹੜੀਆਂ ਜਗਦੀਆਂ, ਤੁਹਾਡੀ ਕਿਸਮਤ ਆ ਹੁਣ ਅੱਗੇ ਕਰਦੇ ਕਰਾਉਂਦੇ। ਅਤੇ ਉਹਨੇ ਜਿਹੜੀ ਸਟੋਰੀ ਦੱਸੀ ਵੀ ਅਸੀਂ ਉੱਤਰ ਗਏ ਰਾਤ ਨੂੰ, ਤੁਰੇ ਜਾਂਦੇ ਸੀ ਅਤੇ ਪਿੱਛੋਂ ਲਾਈਟਾਂ ਵੱਜੀਆਂ ਤਾਂ ਸਾਡੇ ਕੋਲ ਆ ਗੱਡੀ ਰੁਕ ਗਈ, ਅਸੀਂ ਕਹਿ ਲਿਆ ਮਾਰੇ ਕਿਹਾ ਵੀ ਪੁਲਿਸ ਨੇ ਚੱਕ ਲਿਆ ਆਉਂਦੇ ਹੀ। ਪਰ ਉਹ ਚੰਗੀ ਕਿਸਮਤ ਨੂੰ ਕਹਿ ਲਓ ਕੋਈ ਪਾਕਿਸਤਾਨੀ ਭਰਾ ਸੀਗਾ, ਉਹਨੇ ਦੇਖਿਆ ਵੀ ਪਾਕਿਸਤਾਨ ਇੰਡੀਆ ਦੇ ਬੰਦੇ ਹੈਗੇ ਨੇ, ਤਾਂ ਉਹਨੇ ਆਪਣੀ ਗੱਡੀ 'ਚ ਬਿਠਾ ਕੇ ਪਹਿਲਾਂ ਤਾਂ ਚਾਹ ਚੂਹ ਪਿਆਈ, ਅਤੇ ਫਿਰ ਅਗਲੇ ਦਿਨ ਰਾਤ ਰੱਖ ਪਹਿਲਾਂ ਰਾਤ ਰੱਖਿਆ ਤਾਂ ਅਗਲੇ ਦਿਨ ਉਹਨਾਂ ਨੂੰ ਗੁਰਦੁਆਰੇ ਉਹ ਛੱਡ ਆਇਆ ਜਿਹੜਾ ਵੀ ਉੱਥੇ ਨੇੜੇ ਪੈਂਦਾ ਸੀ, ਅਤੇ ਉਹਨਾਂ ਦੀ ਚੰਗੀ ਕਿਸਮਤ ਨੂੰ ਉਹ ਫਿਰ ਇੱਥੇ ਆ ਗਏ। ਸਭ ਦੇ ਦਿਮਾਗ 'ਚ ਇਹੀ ਬੈਠਿਆ ਵੀ ਯਾਰ ਇੱਕ ਵਾਰੀ ਅਮੈਰੀਕਾ ਆ ਜਾਈਏ, ਕਿੱਦਾਂ ਮਰਜ਼ੀ ਆ ਜਾਈਏ, ਬਾਅਦ ਦਾ ਬਾਅਦ ਦੇ ਵਿੱਚ ਦੇਖੀ ਜਾਊ, ਉਹਦਾ ਕਰਕੇ ਸਾਰਾ ਕੁਛ ਪੰਗੇ ਪੈਂਦੇ ਨੇ। ਅਮੈਰੀਕਾ ਆਉਣਾ ਮਾੜੀ ਗੱਲ ਨਹੀਂ ਹੈਗੀ, ਆਉਣਾ ਇੰਡੀਆ ਦੇ ਸਿਸਟਮ ਤੋਂ ਸਾਰੇ ਹੀ ਦੁਖੀ ਨੇ, ਇਸ ਕਰਕੇ ਅਮੈਰੀਕਾ ਕੈਨੇਡਾ ਬਾਹਰਲੇ ਮੁਲਕਾਂ ਨੂੰ ਭੇਜਦੇ ਹਾਂ ਅਸੀਂ, ਅਤੇ ਅਦਰਵਾਈਜ਼ ਤਾਂ ਸਹੀ ਤਰੀਕੇ ਨਾਲ ਜਾਈਏ ਤਾਂ ਬੜਾ ਵਧੀਆ। ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ, ਕੋਸ਼ਿਸ਼ ਕਰਾਂਗੇ ਤੁਹਾਡੀਆਂ ਕਾਲਾਂ ਲੈਣ ਦੀ, ਦੇਖਦੇ ਰਹੋ ਜਸਟ ਪੰਜਾਬੀ ਜੀ। ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ, ਪਰ ਆਪਾਂ ਇੱਕ ਕਾਲ ਫਟਾਫਟ ਲੈ ਲੈਂਦੇ ਹਾਂ। ਸੰਦਰ ਸਾਹਿਬ ਸਾਡੇ ਨਾਲ ਹੈਗੇ ਨੇ ਫੋਨ 'ਤੇ ਜੀ। ਜੀ ਗੁਰਦੀਪ ਸਿੰਘ ਜੀ, ਸੰਦਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਹਿਬ। ਗੱਲ ਕਈ ਕਾਰਨ ਆ, ਪਰ ਜ਼ਿਆਦਾ ਕਾਰਨ ਜਿਹੜੇ ਦੋ ਚਾਰ ਮੇਨ ਕਾਰਨ ਉਹ ਹੈਗੇ ਵੀ ਧੀਆਂ ਤੇ ਪੁੱਤਰ ਦੋਨੋਂ ਹੀ ਸੁਰੱਖਿਅਤ ਨੇ। ਦੋਨੋਂ ਹੀ ਸੁਰੱਖਿਅਤ ਨਹੀਂ ਹੈਗੇ? ਹਾਂ, ਕਿਉਂਕਿ ਪੁੱਤਰਾਂ ਨੂੰ ਕਦੇ ਵੀ ਉਹ ਕੋਈ ਨਸ਼ੇ ਚ ਫਸਾ ਕੇ ਜਾਂ ਕਿੱਦਾਂ, ਪੁਲਿਸ ਬਹੁਤ ਖਰਾਬ ਆ ਤੇ ਧੀਆਂ ਉਦਾਂ ਇੱਜ਼ਤ ਵਗੈਰਾ ਲੁੱਟ ਹੀ ਜਾਂਦੀ ਆ। ਬਾਕੀ ਇਸ ਕਰਕੇ ਮਾਂ ਬਾਪ ਡਰਦੇ ਆ ਵੀ ਉੱਧਰ ਦਾ ਬਾਹਰਲਾ ਸਿਸਟਮ ਚੰਗਾ ਆ, ਕਿਸ ਤਰੀਕੇ ਸਾਡੇ ਧੀਆ ਪੁੱਤਰ ਤੇ ਨਿਕਲ ਜਾਣ। ਨਸ਼ਾ ਬਹੁਤ ਵੱਧ ਗਿਆ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋਵੇ, ਆਰਥਿਕ ਤੰਗੀਆਂ ਤਰੁਸ਼ੀਆਂ ਇਹ ਵੀ ਕਾਰਨ ਆ। ਬਾਕੀ ਸਭ ਤੋਂ ਮੇਨ ਕਾਰਨ ਆ ਕਿ ਜਦ ਸਰਕਾਰਾਂ ਦਾ ਸਿਸਟਮ ਹੀ ਕੋਈ ਨਹੀਂ, ਸਿਰਫ ਸਾਰਾ ਸਾਲ ਵੋਟਾਂ ਦੇ ਲੱਗੇ ਰਹਿੰਦੇ ਆ। ਸੋ ਪਰ ਜਿਹਨਾਂ ਘਰਾਂ ਵਿੱਚ ਪੇਰੈਂਟਸ ਗਲਤ ਢੰਗ ਨਾਲ ਕੁਝ ਵੀ ਨਹੀਂ ਕਰਦੇ ਨਾ, ਉਹਨਾਂ ਘਰਾਂ ਦੇ ਬੱਚੇ ਵੀ ਸੰਸਕਾਰੀ ਬਣੇ ਰਹਿੰਦੇ ਆ। ਮੇਰਾ 12 ਸਾਲ ਦੇ ਬਾਅਦ USA ਦਾ ਨੰਬਰ ਆਇਆ, ਮੈਂ 12 ਸਾਲ ਵੇਟ ਕੀਤਾ, ਪਰ ਗਲਤ ਮੇਰੇ ਪਿਤਾ ਜੀ ਨੇ ਕਿਹਾ ਵੀ ਗਲਤ ਨਹੀਂ, ਇਲੀਗਲ ਨਹੀਂ ਜਾਣਾ, ਲੀਗਲ ਜਾਣਾ। ਫਿਰ ਕੋਈ ਤਕਲੀਫ ਵੀ ਇੱਥੇ ਆ ਕੇ ਹੁੰਦੀ ਹੈ ਨਾ। ਸੋ ਇਹ ਕੁਛ ਸੰਸਕਾਰ ਵੀ ਆ ਜਿਹੜੇ ਜਿਹੜਾ ਘਰਾਂ 'ਚ ਹੈਗੇ ਆ ਉਹ ਨਹੀਂ ਕਰਦੇ, ਚਾਹੇ ਕੁਛ ਹੋ ਜਾਵੇ, ਚਾਹੇ ਗਰੀਬੀ ਆ, ਚਾਹੇ ਕੁਛ ਆ, ਉਹ ਕਰਦੇ ਆ ਉਹਦੇ 'ਚ ਬਸਰ। ਪਰ ਬਜ ਆਹ ਜ਼ਿਆਦਾ ਕਾਰਨ ਆ, ਧੀਆਂ ਪੁੱਤ ਸੁਰੱਖਿਅਤ ਨਹੀਂ, ਬੇਰੁਜ਼ਗਾਰੀ, ਆਰਥਿਕ ਤੰਗੀਆਂ, ਤਰੁਸ਼ੀਆਂ ਤੇ ਸਿਸਟਮ, ਉਹਦਾ ਕਰਕੇ ਠੱਗੀਆਂ ਤੇ ਲੁੱਟਾਂ ਖੋਆਂ ਵੱਜ ਜਾਂਦੀਆਂ ਭਾਰਤ ਵਿੱਚ। ਹਾਂਜੀ, ਮਿਹਰਬਾਨੀ ਜੀ, ਸੰਦਰ ਸਾਹਿਬ ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ। ਨਾਲ ਨਾਲ ਪ੍ਰੋਗਰਾਮ ਦਾ ਸਮਾਂ ਖਤਮ ਹੈ ਜੀ। ਉਮੀਦ ਕਰਦਾ ਹਾਂ ਜਾਣਕਾਰੀ ਚੰਗੀ ਮਾੜੀ ਜਿੱਦਾਂ ਦੀ ਵੀ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ, ਟਾਈਮ ਜਿਹੜਾ ਇੱਕ ਘੰਟਾ ਤੁਹਾਡਾ ਠੀਕ ਬੀਤਿਆ ਹੋਏਗਾ। ਜਾਣ ਤੋਂ ਪਹਿਲਾਂ ਫਿਰ ਇੱਕ ਵਾਰ ਅਨਾਊਂਸ ਕਰ ਦਿਓ ਕਿ 24 ਜੁਲਾਈ ਦਿਨ ਸ਼ਨੀਵਾਰ ਪੈਂਦਾ, ਕੈਲੀਫੋਰਨੀਆ ਸਟੂਡੀਓ ਦੇ ਵਿੱਚ ਅਸੀਂ ਮੀਟ ਐਂਡ ਗ੍ਰੀਟ ਰੱਖੀ ਹੈ, ਜਿਹੜਾ ਪ੍ਰੋਗਰਾਮ ਅਸੀਂ ਕਰਾਉਣ ਜਾ ਰਹੇ ਹਾਂ। ਕਿੰਮੀ ਵਰਮਾ ਜਾਣਦੇ ਹੋ ਚੰਗੀ ਤਰ੍ਹਾਂ, ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਨੇ, ਮਿਸ ਪੰਜਾਬਣ, ਮਿਸਿਜ ਪੰਜਾਬਣ ਵੀ ਰਹੇ ਨੇ, ਮਿਸ ਇੰਡੀਅਨ ਵੀ ਰਹੇ ਨੇ, ਮਿਸਿਜ ਇੰਡੀਆ ਵੀ ਰਹੇ ਨੇ, ਅਤੇ ਉਹ ਸਾਰਾ ਕਰ ਰਹੇ ਨੇ, ਅਤੇ ਨਾਲ ਅਸੀਂ ਜਸ ਪੰਜਾਬੀ ਵੱਲੋਂ ਸਾਡੀ ਸਾਰੀ ਟੀਮ, ਅਤੇ 24 ਜੁਲਾਈ ਨੂੰ ਇੱਥੇ ਰੱਖੀ ਮੀਟ ਐਂਡ ਗ੍ਰੀਟ ਕੈਲੀਫੋਰਨੀਆ ਸਟੂਡੀਓ ਦੇ ਵਿੱਚ। ਅਤੇ ਤੁਸੀਂ ਆਉਣਾ ਚਾਹੋ ਆਓ, ਵਾਕ ਇਨ ਵੈਲਕਮ ਆ, ਕੋਈ ਐਂਟਰੀ ਨਹੀਂ ਹੈ, ਕੋਈ ਮਤਲਬ ਇਹ ਨਹੀਂ ਹੈ ਕਿ ਜ਼ਰੂਰੀ ਤੁਸੀਂ ਪਹਿਲਾਂ ਐਂਟਰ ਕਰਕੇ ਆਉਣਾ, ਕਿਉਂਕਿ ਤੁਹਾਡਾ ਘਰ ਦਾ ਆਪਣਾ ਸਟੂਡੀਓ ਹੈ, ਅਤੇ ਜਿਹੜਾ ਵੀ ਆਉਣਾ ਚਾਹੋ ਪਾਰਟੀਸਪੇਟ ਕਰਨਾ ਤਾਂ ਵੀ ਵੈਲਕਮ ਹੈ, ਨਹੀਂ ਪਾਰਟੀਸਪੇਟ ਕਰਨਾ ਵੈਸੇ ਆਉਂਦੇ ਹੋ ਵੈਸੇ ਗੇੜਾ ਗੁੜਾ ਮਾਰਨਾ, ਅਤੇ ਬੀਬੀਆਂ ਭੈਣਾਂ ਬੱਚੀਆਂ ਕੋਈ ਵੀ ਆ ਕੇ ਮਿਲ ਸਕਦੇ ਆ, ਜਾਂ ਆਪਣੀ ਐਂਟਰੀ ਕਰਾਉਣੀ ਚਾਹੁੰਦੇ ਐਂਟਰੀ ਵੀ ਕਰਾ ਸਕਦੇ। 24 ਜੁਲਾਈ ਦਿਨ ਸ਼ਨੀਵਾਰ 12 ਵਜੇ ਤੋਂ ਲੈ ਕੇ 5 ਵਜੇ ਤੱਕ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।